ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਡੀਡੀ ਪੰਜਾਬੀ ਦੇ ਇਸ ਮੰਚ ਤੇ। ਔਰ ਆਰਐਸ ਗਲੋਬਲ ਦੇ ਵੀਜ਼ਾ ਐਕਸਪਰਟ ਸੁਖਚੈਨ ਸਿੰਘ ਰਾਹੀ ਜੀ ਇੱਕ ਵਾਰ ਫਿਰ ਤੋਂ ਸਾਨੂੰ ਹਾਜ਼ਰ ਨੇ ਸਟੂਡੀਓ ਦੇ ਵਿੱਚ। ਸੋ ਜਦੋਂ ਆਰਐਸ ਗਲੋਬਲ ਦੀ ਗੱਲ ਕਰਦੇ ਹਾਂ ਤਾਂ ਹਰ ਇੱਕ ਤਰ੍ਹਾਂ ਦੇ ਸਟੱਡੀ ਵੀਜ਼ੇ ਨਾਲ ਇੱਕੋ ਛੱਤ ਜਿਹੜਾ ਡੀਲ ਕਰਦਾ, ਖਾਸ ਤੌਰ ਤੇ ਰਿਫਿਊਜ਼ਲ ਕੇਸਿਸ ਦੇ ਮਾਹਰ ਨੇ। ਪੰਜਾਬ ਦੇ ਵਿੱਚ ਜਲੰਧਰ ਆਪਣੀ ਸਰਵਿਸਿਜ਼ ਦੇ ਰਹੇ ਨੇ, ਨਵਾਂ ਸ਼ਹਿਰ ਵਿੱਚ ਆਪਣੀ ਸਰਵਿਸਿਜ਼ ਦੇ ਰਹੇ ਨੇ ਸਟੱਡੀ ਵੀਜ਼ਾ ਦੀ, ਅਤੇ ਆਲਸੀ ਇਸ ਦੇ ਨਾਲ ਨਾਲ ਜਿਹੜਾ ਮੋਹਾਲੀ ਹੈ ਉੱਥੇ ਆਪਣੀ ਸਰਵਿਸਿਜ਼ ਦੇ ਰਹੇ ਨੇ। ਸੋ ਹਰ ਇੱਕ ਏਰੀਆ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਪੰਜਾਬ ਦੇ ਬੱਚਿਆਂ ਨੂੰ ਸਹੀ ਅਤੇ ਸਿੱਧੀ ਜਾਣਕਾਰੀ ਦਿੱਤੀ ਜਾ ਸਕੇ। ਸੋ ਖਾਸ ਤੌਰ 'ਤੇ ਅੱਜ ਸਟੂਡੀਓ ਵਿੱਚ ਇਨਵਾਈਟ ਕੀਤਾ ਸੀ, ਆਉਣ ਵਾਲੇ ਦਿਨਾਂ ਵਿੱਚ ਕੀ ਪੰਜਾਬ ਦੇ ਸਟੂਡੈਂਟਸ ਲੈ ਕੇ ਆ ਰਹੇ ਨੇ, ਕਿੱਥੇ ਵੀਜ਼ਾ ਦਾ ਰੁਝਾਨ ਵੱਧ ਰਿਹਾ, ਰਿਫਿਊਜ਼ਲਸ ਆ ਰਹੀਆਂ ਅਤੇ ਕਿਉਂ ਆ ਰਹੀਆਂ, ਰਿਫਿਊਜ਼ਲ ਤੋਂ ਬਾਅਦ ਬੱਚਾ ਕੀ ਕਰੇ, ਉਹਨਾਂ ਦੇ ਗੱਲਾਂ ਬਾਰੇ ਤਮਾਮ ਚਰਚਾ ਕਰਾਂਗੇ ਸੂਚਨਾ ਰਾਹੀਂ ਉਹਨਾਂ ਨਾਲ। ਰਾਈ ਸਾਹਿਬ, ਬਹੁਤ ਤੋਂ ਸਵਾਗਤ ਹੈ। ਥੈਂਕ ਯੂ ਮਨੀਸ਼ ਜੀ। ਪ੍ਰੋਗਰਾਮ ਵੇਖ ਰਹੇ ਮੇਰੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ, ਮੇਰੀ ਸਮੁੱਚੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਧੰਨਵਾਦ ਤੁਹਾਡੇ ਸਾਰਿਆਂ ਦਾ ਜੋ ਸਾਡੇ ਇਸ ਸ਼ੋਅ ਨੂੰ ਕਬੂਲਦੇ ਹੋ, ਆਪਣੇ ਪਿਆਰ ਭਰੇ ਸੁਨੇਹੇ ਵਟਸਐਪ ਦੇ ਜ਼ਰੀਏ, ਸਾਡੇ ਫੇਸਬੁੱਕ ਪੇਜ ਆਰਐਸ ਗਲੋਬਲ ਇਮੀਗ੍ਰੇਸ਼ਨ ਦੇ ਜ਼ਰੀਏ ਅਤੇ ਸਾਡੇ ਯੂਟਿਊਬ ਚੈਨਲ ਦੇ ਜ਼ਰੀਏ ਭੇਜ ਦਿਓ। ਨਵਾਂ ਕੀ ਲੈ ਕੇ ਆ ਰਹੇ ਹਾਂ, ਪਿਛਲੇ ਸੈਮੀਨਾਰ ਦਾ ਤੁਹਾਡਾ ਜਿਹੜਾ ਭਰਵਾਂ ਹੁੰਗਾਰਾ ਤੁਸੀਂ ਦਿੱਤਾ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਵਰਡਸ ਨਹੀਂ ਹੈਗੇ, ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਉਸੇ ਲੜੀ ਦੇ ਤਹਿਤ ਇੱਕ ਫੇਰ ਸੈਮੀਨਾਰ ਔਰਗਨਾਈਜ਼ ਕੀਤਾ ਜਾ ਰਿਹਾ USA ਐਜੂਕੇਸ਼ਨ ਨੂੰ ਲੈ ਕੇ। ਮੈਨੂੰ ਲੱਗਦਾ ਪਿਛਲੇ 1.5-2 ਸਾਲ ਤੋਂ ਕਿਸੇ ਵੀ ਕੰਸਲਟੈਂਟ ਨੇ ਕਿਸੇ ਵੀ ਮੰਚ 'ਤੇ US ਦੇ ਸੈਮੀਨਾਰ ਨੂੰ ਪ੍ਰਮੋਟ ਨਹੀਂ ਕੀਤਾ, US ਐਜੂਕੇਸ਼ਨ ਨੂੰ ਪ੍ਰਮੋਟ ਨਹੀਂ ਕੀਤਾ। ਸੋ ਪਿਛਲੇ ਕਈ ਚਿਰ ਤੋਂ ਸਾਡੇ ਨਾਲ ਜਿਹੜੇ ਸਰੋਤੇ ਜੁੜੇ ਨੇ, ਉਹਨਾਂ ਦੇ ਭੈਣ ਭਰਾਵਾਂ ਜਿਹੜੇ ਅਮੈਰੀਕਾ 'ਚ ਰਹਿੰਦੇ ਨੇ ਜਾਂ ਕੈਨੇਡਾ 'ਚ ਰਹਿੰਦੇ ਨੇ, ਉਹਨਾਂ ਦੀ ਡਿਮਾਂਡ ਸੀ ਕਿ USA ਬਾਰੇ ਵੀ ਯੂਨੀਵਰਸਿਟੀ ਨੂੰ ਬੁਲਾ ਕੇ ਜਾਂ ਉੱਥੇ ਦੇ ਜਿਹੜੇ ਨੁਮਾਇੰਦੇ ਨੂੰ ਬੁਲਾ ਕੇ ਬੱਚਿਆਂ ਨੂੰ US ਐਜੂਕੇਸ਼ਨ ਬਾਰੇ ਜਾਗਰੂਕ ਅਪਡੇਟ ਕੀਤਾ ਜਾਵੇ। ਸੋ ਉਸੇ ਲੜੀ ਤਹਿਤ ਅਸੀਂ ਦੋ ਜਿਹੜੀਆਂ ਸਟੇਟ ਯੂਨੀਵਰਸਿਟੀਜ਼ ਨੇ ਉਹਨਾਂ ਦੇ ਨੁਮਾਇੰਦੇ ਨੂੰ ਬੁਲਾਇਆ, ਜਲੰਧਰ ਦਫ਼ਤਰ ਦੇ ਵਿੱਚ ਸੈਮੀਨਾਰ ਕਰਨ ਜਾ ਰਹੇ ਹਾਂ 11 ਫਰਵਰੀ ਨੂੰ, ਦਿਨ ਸੋਮਵਾਰ। ਇਸ ਤੋਂ ਬਾਅਦ ਨਵੇਂ ਸ਼ਹਿਰ ਵਿੱਚ ਅਤੇ ਮੋਹਾਲੀ ਵਿੱਚ ਵੀ ਇਹਨਾਂ ਯੂਨੀਵਰਸਿਟੀ ਦੇ ਨੁਮਾਇੰਦੇ ਬੁਲਾ ਕੇ ਸੈਮੀਨਾਰ ਔਰਗਨਾਈਜ਼ ਕੀਤੇ ਜਾਣਗੇ। ਉਹਨੇ ਡੇਟ ਆਪਾਂ ਤੁਹਾਨੂੰ ਫੇਸਬੁੱਕ ਜ਼ਰੀਏ, ਯੂਟਿਊਬ ਜ਼ਰੀਏ ਜਾਂ ਇਸ ਸ਼ੋਅ ਜ਼ਰੀਏ ਦੱਸ ਦਾਂਗੇ। ਸੋ ਫਿਲਹਾਲ ਆਰਐਸ ਗਲੋਬਲ ਇਮੀਗ੍ਰੇਸ਼ਨ ਜਲੰਧਰ ਦਫ਼ਤਰ ਵਿੱਚ ਅਮੈਰੀਕਾ ਪੜ੍ਹਨ ਜਾਣ ਵਾਲਾ ਬੱਚਾ, ਦੋ ਯੂਨੀਵਰਸਿਟੀ ਨੁਮਾਇੰਦੇ ਜਿਸ 'ਚ ਇੱਕ ਹੈ ਯੂਨੀਵਰਸਿਟੀ ਆਫ ਕੈਲੀਫੋਰਨੀਆ ਰਿਵਰਸਾਈਡ, ਦੂਜੀ ਯੂਨੀਵਰਸਿਟੀ ਹੈ ਮੋਂਟਾਨਾ ਯੂਨੀਵਰਸਿਟੀ ਬਿਲਿੰਗਸ ਦੇ ਵਿੱਚ। ਦੋਨੋਂ ਸਟੇਟ ਯੂਨੀਵਰਸਿਟੀਜ਼ ਨੇ, ਲਗਭਗ 100 ਸਾਲ ਪੁਰਾਣੀਆਂ ਯੂਨੀਵਰਸਿਟੀਜ਼ ਨੇ। ਇਹਨਾਂ 'ਚ ਕੋਈ ਵੀ ਬੱਚਾ ਜਿਹੜਾ ਪਲੱਸ ਟੂ ਪੜ੍ਹਿਆ ਜਾਂ ਗ੍ਰੈਜੂਏਸ਼ਨ ਜਿਹਨੇ ਕੀਤੀ ਹੈ ਉਹ ਆਇਲਟਸ ਜਾਂ ਆਇਲਟਸ ਦੇ ਨਾਲ ਪੜ੍ਹਨ ਜਾ ਸਕਦਾ। ਕਿਸੇ ਕੋਰਸ ਵਿੱਚ ਆਇਲਟਸ ਦੀ ਰਿਕੁਆਇਰਮੈਂਟ ਹੈ, ਕਿਸੇ ਕੋਰਸ ਵਿੱਚ ਆਇਲਟਸ ਦੀ ਰਿਕੁਆਇਰਮੈਂਟ ਨਹੀਂ ਹੈ। ਮੋਂਟਾਨਾ ਯੂਨੀਵਰਸਿਟੀ ਜਿਹੜੀ ਬਿਲਿੰਗਸ ਵਿੱਚ ਪੈਂਦੀ ਹੈ ਉਹਦੇ 'ਚ ਤੁਸੀਂ ਬਿਨਾਂ ਆਇਲਟਸ ਤੋਂ ESL ਦੇ ਨਾਲ ਪੜ੍ਹਨ ਜਾ ਸਕਦੇ ਹੋ। ਜਿਹੜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਉਹਦੇ 'ਚ ਕੁਝ ਪ੍ਰੋਗਰਾਮ ESL ਦੇ ਨਾਲ ਆ, ਕਈ ਪ੍ਰੋਗਰਾਮ ਵਿੱਚ 6.5 ਬੈਂਡ ਦੀ ਰਿਕੁਆਇਰਮੈਂਟ ਆ। ਹੁਣ ਥੋੜ੍ਹਾ ਜਿਹਾ ਝਾਤ ਮਾਰਾਂ ਅਮੈਰੀਕਾ ਬਾਰੇ। ਅਮੈਰੀਕਾ ਇੱਕ ਉਹ ਧਰਤੀ, ਇੱਕ ਉਹ ਮੁਲਕ, ਇੱਕ ਉਹ ਕੰਟਰੀ ਜਿਹਨੇ ਪੰਜਾਬ ਦੇ ਅੱਤਵਾਦ ਦੇ ਦੌਰਾਨ ਪੰਜਾਬੀਆਂ ਨੂੰ ਇੱਕ ਛੱਤ ਜਾਂ ਇੱਕ ਸ਼ੈਲਟਰ ਦਿੱਤਾ। ਬਥੇਰੇ ਮਾਵਾਂ ਦੇ ਪੁੱਤ ਇੱਥੋਂ ਅੱਤਵਾਦ ਤੋਂ ਸਤਾਏ, ਹਾਲਾਤਾਂ ਦੇ ਸਤਾਏ, ਸਰਕਾਰਾਂ ਦੇ ਸਤਾਏ, ਬੱਚਿਆਂ ਨੇ ਲੋਕਾਂ ਨੇ ਜਾ ਕੇ ਉੱਥੇ ਜਦੋਂ ਪੋਲੀਟੀਕਲ ਸੈਲਮ ਲਿਆ ਅਤੇ ਅੱਜ ਉਹਨਾਂ ਨੂੰ ਗਿਆ ਨੂੰ ਜਦੋਂ 20-30 ਸਾਲ ਹੋ ਚੁੱਕੇ ਨੇ ਅਤੇ ਅੱਜ ਉਹ ਉੱਥੇ ਸੈਟਲ ਨੇ। ਸੋ ਅੱਜ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੰਜਾਬੀਆਂ ਦੀ ਪਹਿਲੀ ਪਸੰਦ ਜਾਂ ਤਾਂ ਅਮੈਰੀਕਾ ਹੁੰਦਾ ਜਾਂ ਕੈਨੇਡਾ ਹੁੰਦਾ, ਕਿਉਂਕਿ ਇਹਨਾਂ ਦੋਨਾਂ ਮੁਲਕਾਂ 'ਚ ਉਦੋਂ ਬੜੀ ਵੱਡੀ ਪੱਧਰ 'ਤੇ ਪੰਜਾਬੀ ਪ੍ਰਵਾਸ ਕੀਤੇ ਪਰਿਵਾਰਾਂ ਦੇ ਨਾਲ। ਉਸ ਤੋਂ ਬਾਅਦ ਅੱਜ ਵੀ, ਅੱਜ 30 ਸਾਲ ਗੁਜ਼ਰਨ ਤੋਂ ਬਾਅਦ ਵੀ, ਅੱਜ ਵੀ ਪੰਜਾਬ ਦੇ ਵਿੱਚ ਅਮੈਰੀਕਾ ਜਾਣ ਵਾਲਾ ਬੰਦਾ ਨਾ, ਜਿਹੜੇ ਅੰਦਰ ਦਿਮਾਗ 'ਚ ਉਹਦੇ ਕੀੜਾ ਮੈਂ ਅਮੈਰੀਕਾ ਜਾਣਾ, ਅੱਜ ਵੀ 30-40 ਲੱਖ ਰੁਪਏ ਖਰਚ ਕੇ ਮੈਕਸੀਕੋ ਦਾ ਬਾਰਡਰ ਪਾਰ ਕਰਕੇ ਜੰਗਲਾਂ ਰਾਹੀਂ ਪੱਤੇ ਖਾ ਖਾ ਕੇ ਭੁੱਖੇ ਰਹਿ ਰਹਿ ਕੇ 2 ਨੰਬਰ 'ਚ ਇਲੀਗਲ ਰਸਤੇ, ਗੈਰ ਕਾਨੂੰਨੀ ਰਸਤੇ ਜਾਣ ਦੀ ਕੋਸ਼ਿਸ਼ ਕਰਦਾ। ਸੋ ਉਹਨਾਂ ਸਾਰੇ ਬੱਚਿਆਂ ਨੂੰ ਜਿਹੜਾ ਮੇਰਾ ਇਹ ਪ੍ਰੋਗਰਾਮ ਵੇਖ ਰਿਹਾ, ਉਹਨਾਂ ਦੇ ਮਾਂ ਪਿਓ ਨੂੰ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਸਰਕਾਰਾਂ ਨੇ ਲੀਗਲ ਰਸਤੇ, ਕਾਨੂੰਨੀ ਰਸਤੇ ਸ਼ੁਰੂ ਕੀਤੇ, ਫਿਰ ਗੈਰ ਕਾਨੂੰਨੀ ਰਸਤਿਆਂ ਰਾਹੀਂ ਬੱਚਿਆਂ ਨੂੰ ਭੇਜਣ ਦੇ ਲਾਲਚ ਵਿੱਚ ਆਪਣੇ ਬੱਚਿਆਂ ਦੀ ਜਾਨਾਂ ਨਾ ਗਵਾਓ। ਮੈਂ ਬੰਬੇ ਸੀਗਾ ਅਤੇ ਮੇਰਾ ਕਿਸੇ ਬੰਦੇ ਨਾਲ ਗੱਲਬਾਤ ਚੱਲ ਰਹੀ ਸੀ। ਉੱਥੇ ਕਹਿੰਦੇ ਨਹੀਂ, ਜਦੋਂ ਬੰਦੇ ਜਾਂਦੇ ਤਾਂ ਉਹ ਬੰਦਿਆਂ ਨੂੰ ਨਗ ਵਾਂਗੂ ਗਿਣਦੇ ਆ ਕਿ 25 ਨਗ ਭੇਜੇ ਅਤੇ ਵਿੱਚੋਂ 5 ਰਹਿ ਗਏ ਅਤੇ 20 ਨਗ ਪਹੁੰਚ ਗਏ। ਮੈਂ ਸੋਚਿਆ ਕਿ ਨਗ ਕਿਸੇ ਸਮਾਨ ਨੂੰ ਜਾਂ ਕਿਸੇ ਮਟੀਰੀਅਲ ਨੂੰ ਕਿਹਾ ਜਾ ਰਿਹਾ, ਬਟ ਉਹ ਬਾਅਦ 'ਚ ਪਤਾ ਲੱਗਾ ਕਿ ਉਹ ਨਗ ਬੰਦਿਆਂ ਨੂੰ, ਬੰਦਿਆਂ ਦੀ ਜਾਨਾਂ ਨੂੰ, ਨਿਆਣਿਆਂ ਨੂੰ ਗਿਣਿਆ ਜਾ ਰਿਹਾ। ਸੋ ਮੈਨੂੰ ਲੱਗਦਾ ਧੰਨ ਉਹ ਮਾਂ ਪਿਓ, ਧੰਨ ਉਹ ਮਾਂ ਜਿਹੜਾ ਐਡਾ ਵੱਡਾ ਜਿਗਰਾ ਆਪਣੇ ਬੱਚੇ ਨੂੰ, ਇੱਕ ਪਤਾ ਵੀ ਇੱਥੇ ਰਸਤੇ 'ਚ ਬੰਦਾ ਕਿਸੇ ਟਾਈਮ ਮਰ ਵੀ ਸਕਦਾ, ਪਤਾ ਨਹੀਂ ਬੱਚਾ ਪਹੁੰਚਣਾ ਕਿ ਉਹਦੀ ਲਾਸ਼ ਪਹੁੰਚਣੀ ਹੈ, ਫਿਰ ਵੀ ਆਪਾਂ ਵੀਜ਼ੇ ਨੂੰ ਇੰਨੀ ਕੁ ਜ਼ਿਆਦਾ ਜ਼ਿੰਦਗੀ ਦੀ ਅਹਿਮੀਅਤ ਬਣਾ ਦਿੱਤਾ ਕਿ ਅਸੀਂ ਇਹੋ ਜਿਹੇ 2 ਨੰਬਰ ਦੇ ਰਸਤੇ ਨੂੰ ਅਖਤਿਆਰ ਕਰਨ ਵਿੱਚ ਵੀ ਕਰਨੀ ਨਹੀਂ ਕਤਰਾਉਂਦੇ। ਸੋ ਅੱਜ ਇਸ ਮੰਚ ਰਾਹੀਂ ਨੈਸ਼ਨਲ ਟੈਲੀਵਿਜ਼ਨ 'ਤੇ ਬੋਲ ਕੇ ਮੈਂ ਤੁਹਾਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਅਗਰ ਅਮੈਰੀਕਾ ਜਾਣਾ ਚਾਹੁੰਦੇ ਹੋ, ਦਿਮਾਗ 'ਚ ਇੰਨਾ ਵੱਡਾ ਕੀੜਾ ਭਰ ਚੁੱਕਾ ਕਿ ਮੈਂ ਅਮੈਰੀਕਾ ਪਹੁੰਚਣਾ ਹੈ, ਬਿਨਾਂ ਆਇਲਟਸ ਤੋਂ ਪੜ੍ਹਨ ਜਾ ਸਕਦੇ ਹੋ, ਮੇਰੇ ਦਫ਼ਤਰ ਵਿੱਚ ਤੁਹਾਨੂੰ ਪਹਿਲਾਂ 2 ਮਹੀਨੇ ਆਪਾਂ ਤਿਆਰੀ ਕਰਾਵਾਂਗੇ ਸਪੀਕਿੰਗ ਦੀ, ਤਾਂ ਕਿ ਤੁਸੀਂ ਵੀਜ਼ਾ ਅਫਸਰ ਦੀ ਇੰਟਰਵਿਊ ਨੂੰ ਫੇਸ ਕਰ ਸਕੋ, ਦਿਮਾਗ 'ਚ ਜਿਹੜਾ ਹਵਾ ਤੁਹਾਡੇ ਨਿਕਲ ਸਕੇ। ਜਿਹੜਾ ਬੱਚਾ ਪਲੱਸ 2 ਪਾਸ ਹੈ, ਮੈਂ ਦਾਅਵਾ ਕਰਨ ਨੂੰ ਤਿਆਰ ਹਾਂ
ਤੁਹਾਡੇ ਪੜ੍ਹਨ ਦੀ ਮਨਸ਼ਾ, ਤੁਹਾਡੀ ਇੰਟੈਂਸ਼ਨ ਕੀ ਹੈ, ਤੁਸੀਂ ਕਿਹੜੇ ਕੋਰਸ, ਕਿਹੜੀ ਯੂਨੀਵਰਸਿਟੀ ਪੜ੍ਹਨ ਚੱਲੇ ਹੋ, ਅਤੇ ਜੇ ਵਾਕਈ ਅਮੈਰੀਕਾ ਜਾਣਾ ਫਿਰ ਪੜ੍ਹਨ ਜਾਓ, ਲੀਗਲ ਤਰੀਕੇ ਜਾ ਕੇ ਪੜ੍ਹੋ, ਐਜੂਕੇਸ਼ਨ ਲਓ, ਜਾ ਕੇ ਵਰਕ ਪਰਮਿਟ ਲਓ, ਮੁੜ ਕੇ ਪੀ ਆਰ ਲਓ, ਸਿਟੀਜ਼ਨ ਬਣ ਜਾਓ। ਸਰਕਾਰਾਂ ਲੀਗਲ ਰਸਤੇ ਤੁਹਾਨੂੰ ਦੇ ਰਹੀਆਂ ਨੇ, ਫਿਰ ਗਲਤ ਰਸਤੇ ਜਾ ਕੇ ਫਿਰ ਉਹ ਵੀ 30-30 ਲੱਖ ਖਰਚਣ ਦੀ ਲੋੜ ਨਹੀਂ। 8,000 ਤੋਂ ਲੈ ਕੇ ਅਤੇ ਲਗਭਗ $18,000 ਤੱਕ ਫੀਸ ਹੁੰਦੀ ਹੈ, ਡਿਪੈਂਡ ਕੋਰਸ ਕਿਹੜਾ ਕਰਨ ਚੱਲੇ ਹੋ। ਸੋ ਕੁੱਲ ਮਿਲਾ ਕੇ 6-7 ਲੱਖ ਤੋਂ ਲੈ ਕੇ 10 ਲੱਖ ਤੱਕ ਫੀਸ ਹੈ। ਤੋ ਘੱਟ ਖਰਚੇ ਅਤੇ ਕਾਨੂੰਨ ਰਸਤੇ, ਨਾਲੇ ਕੱਲ੍ਹ ਨੂੰ ਜਾਣ ਦਾ ਵੀ ਖਦਸ਼ਾ ਨਹੀਂ, ਫਿਰ ਕਾਨੂੰਨ ਕੰਮ ਕਰਨ ਦੇ ਅਧਿਕਾਰ ਤੋਂ ਨਾਲ ਨੇ ਪਾਰਟ ਟਾਈਮ। ਸੋ ਲੀਗਲ ਰਸਤੇ ਇਖਤਿਆਰ ਕਰੋ। ਸੋ ਅੱਜ ਉਹ ਬੱਚਾ, ਇੱਕ ਤਾਂ ਮੈਂ ਗੱਲ ਕੀਤੀ ਇਹ ਵਾਲੀ ਪੀੜ੍ਹੀ, ਇਹ ਲੋਬੀ ਜਿਹੜੀ 2 ਨੰਬਰ 'ਚ ਜਾਂ ਇਲੀਗਲ ਰਸਤੇ ਜਾਂਦੀ ਹੈ। ਦੂਜਾ ਤੁਸੀਂ ਕਹਿ ਰਹੇ ਸਿੱਧੇ ਰਸਤੇ 'ਤੇ ਜਾ ਕੇ ਜਿਹੜਾ ਉਹ ਕੇਸ ਫਾਈਲ ਕਰੋ, ਯੂ ਐਸ ਦਾ ਵੀਜ਼ਾ ਲਓ। ਸੋ ਸਿੱਧੇ ਰਸਤੇ 'ਤੇ ਕਿੰਨੇ ਵੀਜ਼ੇ ਮਿਲਦੇ ਯੂ ਐਸ 'ਤੇ, ਰਿਫਿਊਜ਼ਲ ਹੀ ਆਉਂਦੀ ਹੈ? ਮੈਂ ਮੰਨਦਾ 100% ਵੀਜ਼ਾ ਕਿਸੇ ਵੀ ਕੰਟਰੀ ਦਾ ਨਹੀਂ ਭਾਜੀ। ਅੱਜ ਤੁਸੀਂ ਕੈਨੇਡਾ ਦੀ ਗੱਲ ਕਰ ਲਓ, 6 ਬੈਂਡ ਵਾਲਾ ਬੱਚਾ ਜੇ ਓਵਰਆਲ 6 ਹੈ, 5.5 'ਚ ਹੈ, ਤਕਰੀਬਨ 35-40% ਸਕਸੈਸ ਰੇਟ ਹੈ, ਭਾਵੇਂ ਕਿਊਬਿਕ ਲਾ ਲਓ, ਜਿੱਥੇ ਮਰਜ਼ੀ ਲਾ ਲਓ। ਅੱਜ ਉਹ ਬੱਚਾ ਜਿਹਦੇ ਓਵਰਆਲ 6 ਬੈਂਡ ਹੈ, 5.5 ਜਾਂ 5 ਈਚ ਹੈ, ਨੋਨ ਐਸ ਡੀ ਐਸ ਕੈਟਾਗਰੀ 'ਚ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕਾ, ਫਿਰ ਵੀ ਚੰਗੀ ਐਜੂਕੇਸ਼ਨ ਲੈਣੀ ਚਾਹੁੰਦਾ ਨਾ, ਤਾਂ ਕੈਨੇਡਾ ਨਾਲੋਂ 10 ਦਰਜੇ ਵਧੀਆ ਐਜੂਕੇਸ਼ਨ ਯੂ ਐਸ ਏ ਵਿੱਚ ਹੈ। ਅੱਜ ਵੀ ਦੁਨੀਆ ਦੀ ਨੰਬਰ 1 ਕੰਟਰੀ ਹੈ ਜਿੱਥੇ ਬੱਚਾ ਐਕਚੁਅਲ ਤੌਰ 'ਤੇ ਐਜੂਕੇਸ਼ਨ ਲੈਣ ਜਾਂਦਾ ਹੈ। ਉਹ ਗੱਲ ਪੰਜਾਬ ਦੀ ਤ੍ਰਾਸ ਦੀ ਕਿ ਸਾਡਾ ਬੱਚਾ ਅਮੈਰੀਕਾ ਪੜ੍ਹਨ ਨਹੀਂ ਜਾਂਦਾ, ਸਿਰਫ ਪਹੁੰਚਣ ਦੇ ਲਾਲਚ ਨੂੰ ਜਾਂਦਾ। ਅੱਜ ਤੁਸੀਂ ਸਾਊਥ ਵਾਲੇ ਪਾਸੇ ਜਾ ਕੇ ਵੇਖੋ, ਬੰਬੇ ਵਾਲੇ ਪਾਸੇ ਜਾ ਕੇ ਵੇਖੋ, ਦਿੱਲੀ ਵਾਲੇ ਪਾਸੇ ਜਾ ਕੇ ਵੇਖੋ, ਸਾਰੇ ਬੱਚੇ ਜਿਹੜੇ ਅਮੈਰੀਕਾ ਜਾਂਦੇ ਨੇ ਉਹ ਡਿਗਰੀ ਕਰਨ ਜਾਂਦੇ ਨੇ, ਪੜ੍ਹਾਈ ਕਰਨ ਜਾਂਦੇ ਨੇ। ਅੱਜ ਆਈਟੀ ਦਾ ਫੀਲਡ 'ਚ ਜਿੰਨੇ ਕੁ ਆਈਟੀ ਇੰਜੀਨੀਅਰ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਨੇ ਜਾਂ ਸਾਊਥ ਵਾਲੇ ਪਾਸੇ ਦੇ ਨੇ, ਉਹ ਸਾਰੇ ਅਮੈਰੀਕਾ 'ਚ ਬੈਠੇ ਪਏ ਨੇ H-1 ਵੀਜ਼ਾ 'ਤੇ। ਸੋ ਆਈਟੀ ਵਾਲੇ ਬੱਚਿਆਂ ਦੀ ਡਿਮਾਂਡ ਹੈ, ਕਿਉਂਕਿ ਅਮੈਰੀਕਾ ਨੇ ਬ੍ਰੇਨ, ਦਿਮਾਗ ਹਾਇਰ ਕਰਨੇ, ਉਹ ਦਿਮਾਗ ਨੂੰ ਇੰਡੀਆ ਤੋਂ ਮਿਲਦੇ ਆ। ਤਾਂ ਜਦੋਂ ਤੁਸੀਂ ਜਾ ਕੇ ਉੱਥੇ ਡਿਗਰੀ ਕਰ ਰਹੇ ਹੋ, ਪੜ੍ਹਾਈ ਕਰ ਰਹੇ ਹੋ, ਨੌਕਰੀਆਂ ਕਿਉਂ ਨਹੀਂ ਮਿਲਣਗੀਆਂ? ਮੈਂ ਮੰਨਦਾ ਕਿ 100% ਸਕਸੈਸ ਰੇਟ ਨਹੀਂ ਆ, ਬਟ ਇਸ ਗੱਲ ਦਾ ਦਿਮਾਗ 'ਚ ਰੱਖ ਲਿਓ, ਅਗਰ ਤੁਹਾਡੀ ਅੰਗਰੇਜ਼ੀ 'ਚ ਬੋਲਣ ਦੀ ਪਕੜ ਇੰਨੀ ਕੁ ਮਜ਼ਬੂਤ ਹੈ ਕਿ ਤੁਸੀਂ ਵੀਜ਼ਾ ਆਫਿਸਰ ਨੂੰ ਕਨਵਿੰਸ ਕਰ ਸਕਦੇ ਹੋ ਕਿ ਮੈਂ ਪੜ੍ਹਨ ਚੱਲਿਆ, ਤਾਂ ਦੁਨੀਆ ਦੀ ਕੋਈ ਤਾਕਤ ਵੀਜ਼ਾ ਰਿਫਿਊਜ਼ ਨਹੀਂ ਕਰਦੀ। ਯਾਨੀ ਸਪੀਕਿੰਗ ਦੇ ਵਿੱਚ ਚੰਗੇ ਬੈਠ, ਸਿਰਫ ਤੇ ਸਿਰਫ ਸਪੀਕਿੰਗ, ਸਾਨੂੰ ਕੋਈ ਲਿਸਨਿੰਗ, ਸਾਨੂੰ ਕੋਈ ਰਾਈਟਿੰਗ, ਉੱਥੇ ਕੋਈ ਹੋਰ ਟੈਸਟ ਨਹੀਂ ਹੋਣਾ। ਉਹ ਸਪੀਕਿੰਗ ਵੀ ਇਦਾਂ ਦੀ, ਤੁਹਾਡੀ ਕੋਈ ਗਰਾਮਰ, ਕੋਈ ਤੁਹਾਡੀ ਟੈਂਸ ਦੇ ਫਾਰਮ ਚੈੱਕ ਨਹੀਂ ਹੋਣੇ, ਸਿਰਫ ਵੀਜ਼ਾ ਆਫਿਸਰ ਜੋ ਸਵਾਲ ਕਰ ਰਿਹਾ ਕਿ ਤੁਸੀਂ ਕਿਹੜੀ ਯੂਨੀਵਰਸਿਟੀ ਪੜ੍ਹਨ ਚੱਲੇ ਹੋ, ਕਿਹੜੇ ਕੋਰਸ ਪੜ੍ਹਨ ਚੱਲੇ ਹੋ, ਤੁਸੀਂ ਇੰਡੀਆ ਛੱਡ ਕੇ ਅਮਰੀਕਾ 'ਚ ਕਿਉਂ ਪੜ੍ਹਨ ਚੱਲੇ ਹੋ। ਇਹਨਾਂ ਗੱਲਾਂ ਦੇ 4-5 ਗੱਲਾਂ ਜਵਾਬ ਦੇਣੇ, ਮਿੰਟ 2 ਤੋਂ 3 ਇੰਟਰਵਿਊ ਹੋਣੀ ਹੈ। ਉਹ ਜਿਹੜੀ 2 ਤੋਂ 3 ਮਿੰਟ ਇੰਟਰਵਿਊ ਹੋਣੀ ਆ, ਅਸੀਂ ਆਪਣੇ ਜਿਹੜਾ ਸਾਡਾ ਇੰਸਟੀਚਿਊਟ ਹੈ ਜਿੱਥੇ ਅਸੀਂ IELTS PTE ਕਰਾਉਂਦੇ ਹਾਂ, RS ਗਲੋਬਲ ਸਕੂਲ ਆਫ ਲੈਂਗੁਏਜਸ, ਉਹਦੇ ਸਾਡੇ ਕੋਲ ਵੱਖਰਾ ਡਿਪਾਰਟਮੈਂਟ, ਵੱਖਰੇ ਟ੍ਰੇਨਰਸ ਨੇ ਜਿਹੜੇ ਸਿਰਫ ਤੇ ਸਿਰਫ ਬੱਚੇ ਨੂੰ ਇੰਟਰਵਿਊ ਦੇ ਉੱਤੇ ਹੀ ਧਿਆਨ ਦਿਵਾਉਂਦੇ ਆ। 2 ਮਹੀਨੇ ਤੋਂ ਲੈ ਕੇ 3 ਮਹੀਨੇ ਤੱਕ ਬੜਾ ਲੰਬਾ ਸਮਾਂ ਹੁੰਦਾ ਹੈ ਮੇਰੇ ਮੁਤਾਬਕ। ਜੇ ਤੁਸੀਂ 2 ਮਹੀਨੇ ਤੋਂ ਲੈ ਕੇ 3 ਮਹੀਨੇ ਤੱਕ ਸਾਡੇ ਕੋਲ ਟ੍ਰੇਨਿੰਗ ਕਰਦੇ ਹੋ, ਜਿਹੜੇ ਬੱਚੇ ਨੇ IELTS ਨਹੀਂ ਵੀ ਕੀਤੀ, ਉਹ ਵੀ ਵੀਜ਼ਾ 100% ਲੈਣ ਦਾ ਹੱਕਦਾਰ ਆ। ਮੰਨਿਆ ਪਹਿਲੀ ਵਾਰ ਵੀਜ਼ਾ ਨਹੀਂ ਲੱਗਿਆ, ਉਹੀ ਫੀਸ, ਉਹੀ I-20, ਸਿਰਫ ਇੱਕ ਅੰਬੈਸੀ ਫੀਸ ਭਰਨੀ 10,000 ਰੁਪਈਆ, ਅੰਬੈਸੀ ਫੀਸ ਭਰ ਕੇ ਦੁਬਾਰਾ ਫਿਰ ਵੀਜ਼ਾ ਅਪਲਾਈ ਕੀਤਾ ਜਾ ਸਕਦਾ। ਸੋ ਇੱਕ ਤਾਂ ਉਹ ਲੋਬੀ ਸੀ ਮਨੀਸ਼ ਜੀ ਜਿਹੜੇ 2 ਨੰਬਰ ਦੇ ਰਸਤੇ ਜਾਣਾ ਚਾਹੁੰਦੀ, ਮੈਂ ਉਹਨੂੰ ਥੋੜ੍ਹਾ ਇੱਕ ਸਮਝਾਉਣ ਦੀ ਕੋਸ਼ਿਸ਼ ਕੀਤੀ। ਦੂਜਾ ਉਹ ਬੱਚਾ ਜਿਹੜਾ 5.5 ਬੈਂਡ 'ਤੇ, ਕਿਉਂਕਿ ਲਗਭਗ ਮੈਂ ਮੇਰੇ ਅੰਕੜਿਆਂ ਮੁਤਾਬਕ, ਮੇਰੀ ਰਿਸਰਚ ਦੇ ਮੁਤਾਬਕ ਪੰਜਾਬ ਦੇ ਵਿੱਚ 100 ਪਿੱਛੇ 70% ਬੱਚੇ ਇਹੋ ਜਿਹੇ ਨੇ ਜਿਹੜੇ 5.5 ਤੋਂ ਓਵਰਆਲ 6 ਬੈਂਡ ਵਾਲੇ ਆ। ਮੈਂ 6 ਇੰਚ ਜਾਂ 6.5 ਵਾਲੇ ਦੀ ਗੱਲ ਨਹੀਂ ਕਰ ਰਿਹਾ। ਸੋ 5.5 ਬੈਂਡ ਜਾਂ ਓਵਰਆਲ 6 ਬੈਂਡ ਵਾਲਾ ਬੱਚਾ ਬੜੀ ਵੱਡੀ ਪੱਧਰ 'ਤੇ ਆਸਟ੍ਰੇਲੀਆ ਤੋਂ ਜਾਂ ਕੈਨੇਡਾ ਤੋਂ ਜਾਂ ਨਿਊਜ਼ੀਲੈਂਡ ਤੋਂ ਜਾਂ UK ਤੋਂ ਜਾਂ ਹੋਰਨਾਂ ਮੁਲਕਾਂ ਰਿਫਿਊਜ਼ਲ ਲਵਾ ਕੇ ਬੈਠਾ ਹੈ। 100 ਪਿੱਛੇ 70 ਬੱਚੇ ਹੋਣਗੇ ਰਿਫਿਊਜ਼ਲ ਵਾਲੇ। ਅੱਜ ਆਪਣੇ ਆਂਢ ਗੁਆਂਢ, ਆਪਣੇ ਰਿਸ਼ਤੇਦਾਰਾਂ ਨੂੰ ਪੁੱਛ ਕੇ ਵੇਖ ਲਿਓ, ਅਤੇ ਮੇਰੀ ਜੇ ਆਵਾਜ਼ ਤੁਸੀਂ YouTube 'ਤੇ ਜਾਂ ਫੇਸਬੁੱਕ 'ਤੇ ਸੁਣ ਰਹੇ ਹੋ, ਤਾਂ ਕਿ ਉਹਨਾਂ ਲੋਕਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਉਹਨਾਂ ਤੱਕ ਮੇਰਾ ਸੁਨੇਹਾ ਪਹੁੰਚ ਸਕੇ। ਸੋ ਅਗਰ ਕੈਨੇਡਾ ਤੋਂ ਜਾਂ UK ਤੋਂ ਜਾਂ ਆਸਟ੍ਰੇਲੀਆ ਤੋਂ ਜਾਂ ਨਿਊਜ਼ੀਲੈਂਡ ਤੋਂ ਕਿਸੇ ਕੰਟਰੀ ਤੋਂ ਰਿਫਿਊਜ਼ ਹੋ ਚੁੱਕੇ ਹੋ, 5.5 ਤੋਂ 6 ਬੈਂਡ ਵੀ ਹੈਗੇ ਆ, ਅਮੈਰੀਕਾ ਵੈਲਕਮ ਕਹਿੰਦਾ। ਐਂਡ ਇਹੋ ਜਿਹੇ ਬੱਚੇ ਦਾ ਵਿਦਆਊਟ IELTS ਵਾਲੇ ਬੱਚੇ ਨਾਲੋਂ ਵੀਜ਼ਾ ਲੱਗਣ ਦੇ ਚਾਂਸ ਆਟੋਮੈਟਿਕਲੀ ਡਬਲ ਹੈ, ਕਿਉਂਕਿ ਬੱਚੇ 'ਚ ਜਿਹੜੇ 6 ਬੈਂਡ ਹੈ ਜਾਂ 5.5 ਬੈਂਡ ਹੈ, ਇਟ ਮੀਨਸ ਉਹ ਬੋਲਣ ਦੀ ਹਿੰਮਤ ਜ਼ਰੂਰ ਰੱਖਦਾ, ਉਹਨੇ ਸਪੀਕਿੰਗ ਦਾ ਟੈਸਟ ਜ਼ਰੂਰ ਦਿੱਤਾ ਹੋਏਗਾ। ਸੋ ਉਸ ਬੱਚੇ ਨੂੰ ਅਸੀਂ 1-1.5 ਮਹੀਨਾ ਤਿਆਰੀ ਕਰਾ ਕੇ US ਦੀ ਵੀਜ਼ੇ ਲਈ 100% ਪ੍ਰਿਪੇਅਰ ਕਰ ਸਕਦੇ ਜੀ। ਸੋ ਇਸ ਵਾਰ ਅਗਰ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਤਾਂ ਕਿੰਨਾ ਦਿਮਾਗ ਦੇ ਵਿੱਚ ਲੈ ਕੇ ਚੱਲੇਗਾ, ਇੰਨਾ ਨੁਕਸਾਨ ਝੱਲਣਾ ਪਊਗਾ? USA ਵਿੱਚ ਸਾਰੀ ਫੀਸ ਯੂਨੀਵਰਸਿਟੀ ਵੀਜ਼ਾ ਲੱਗਣ ਤੋਂ ਬਾਅਦ ਜਾਂਦੀ ਹੈ, ਕੋਈ ਫੀਸ ਪਹਿਲਾਂ ਨਹੀਂ ਜਾਂਦੀ। ਹਰ ਯੂਨੀਵਰਸਿਟੀ ਦੀ I-20 ਦੀ $50 ਤੋਂ ਲੈ ਕੇ ਤੇ $200-$400-$500 ਤੱਕ ਫੀਸ ਹੁੰਦੀ ਹੈ। ਜਿਹੜੀਆਂ ਯੂਨੀਵਰਸਿਟੀਜ਼ ਆ ਰਹੀਆਂ ਨੇ ਇਹ ਮੌਕੇ 'ਤੇ ਤੁਹਾਨੂੰ ਕੁਛ ਵੇਵ ਆਫ ਵੀ ਦੇਣਗੀਆਂ। ਕੰਪਨੀ ਦੀ ਐਪਲੀਕੇਸ਼ਨ ਫੀਸ ਹੁੰਦੀ ਹੈ $15,000 ਤੋਂ ਲੈ ਕੇ $25,000 ਤੱਕ, ਅੰਬੈਸੀ ਫੀਸ ਹੁੰਦੀ ਹੈ $160, ਯਾਨੀ ਕਿ 10,000 ਰੁਪਈਆ, ਅਤੇ ਸੈਵੀ ਫੀਸ $200। ਕੁੱਲ ਮਿਲਾ ਕੇ ਜੇ ਦੇਖਿਆ ਤਾਂ 50,000 ਤੋਂ ਲੈ ਕੇ 60-70,000 ਤੱਕ ਬੱਚਿਆਂ ਨੂੰ ਨੁਕਸਾਨ ਹੁੰਦਾ ਅਗਰ ਵੀਜ਼ਾ ਨਹੀਂ ਲੱਗਦਾ ਤਾਂ। ਬਟ ਜੇ ਬੱਚਾ ਫਿਰ ਦੁਬਾਰਾ ਰੀਪਲੇ ਕਰਦਾ, ਕੋਈ ਦੁਬਾਰਾ ਫੀਸ ਨਹੀਂ ਪੇ ਕਰਨੀ ਪੈਂਦੀ, ਸਿਰਫ ਤੇ ਸਿਰਫ ₹10,000 ਬੱਚੇ ਨੇ ਬੈਸੀ ਵਿੱਚ ਪੇ ਕਰਨੀ ਹੈ। ਜਿਹੜੇ ਬੱਚੇ ਸਾਡੇ ਕੋਲੋਂ ਪਹਿਲੀ ਵਾਰ ਫਿਊਜ਼ ਹੋਏ ਸੀ ਨਾ, ਕਿਸੇ ਨੇ ਦੂਜੀ ਵਾਰ 'ਚ, ਕਿਸੇ ਨੇ ਤੀਜੀ ਵਾਰ 'ਚ ਵੀਜ਼ਾ ਜ਼ਰੂਰ ਲਿਆ, ਕਿਉਂਕਿ ਇੱਕ ਬੱਚਾ ਜਦੋਂ
ਮੇਰੇ ਕੋਲ ਐਕਸਪਰਟ ਟੀਮ ਹੈ ਜੋ ਬਿਨਾਂ ਆਇਲਸ ਵਾਲੇ ਬੱਚੇ ਨੂੰ 5.5 ਬੈਂਡ ਦੇ ਬੱਚੇ ਨੂੰ ਵੀ ਯੂ ਐਸ ਦਾ ਵੀਜ਼ਾ ਲੈਣ ਲਈ ਹੱਕਦਾਰ ਜਾਂ ਪੂਰਾ ਕਾਬਲ ਬਣਾ ਸਕਦੀ ਹੈ। ਸੋ 11 ਫਰਵਰੀ ਦਿਨ ਸੋਮਵਾਰ ਨੂੰ ਅਮੈਰੀਕਾ ਦੀਆਂ ਯੂ ਐਸ ਦੀਆਂ ਸਟੇਟ ਯੂਨੀਵਰਸਿਟੀ ਜਿਹੜੀ ਇੱਕ ਗਵਰਨਮੈਂਟ ਯੂਨੀਵਰਸਿਟੀ ਸਾਡੇ ਕੋਲ ਆ ਰਹੀਆਂ ਨੇ, ਮੋਂਟਾਨਾ ਯੂਨੀਵਰਸਿਟੀ ਬਿਲਿੰਗਸ ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਰਿਵਰ ਸਾਈਡ, ਇਹਨਾਂ ਯੂਨੀਵਰਸਿਟੀ ਨੁਮਾਇੰਦਿਆਂ ਨੂੰ ਮਿਲ ਕੇ 12ਵੀਂ ਵਾਲਾ ਬੱਚਾ ਡਿਗਰੀ ਦੇ ਪ੍ਰੋਗਰਾਮ, ਚਾਹੇ ਉਹ ਆਰਟਸ ਨਾਲ ਰਿਲੇਟਡ ਹੈ, ਚਾਹੇ ਉਹ ਕਾਮਰਸ ਨਾਲ ਰਿਲੇਟਡ ਹੈ, ਚਾਹੇ ਉਹ ਮੈਡੀਕਲ ਚਾਹੇ ਨਾਨ ਮੈਡੀਕਲ ਰਿਲੇਟਡ ਹੈ, ਐਸੋਸੀਏਟ ਡਿਗਰੀ 2 ਸਾਲ ਦੀ, ਬੈਚਲਰ ਡਿਗਰੀ 4 ਸਾਲ ਦੀ, ਦਾਖਲਾ ਲਿਆ ਜਾ ਸਕਦਾ। ਐਸੋਸੀਏਟ ਡਿਗਰੀ ਦੀ ਫੀਸ ਲਗਭਗ $8,000 ਹੈ ਅਤੇ ਬੈਚਲਰ ਡਿਗਰੀ ਦੀ ਫੀਸ ਲਗਭਗ $19 ਹੈ। ਫੀਸ ਵੀਜ਼ਾ ਲੱਗਣ ਤੋਂ ਬਾਅਦ ਜਾਣੀ, ਪਹਿਲਾਂ ਕੋਈ ਫੀਸ ਨਹੀਂ ਜਾਣੀ ਯੂਨੀਵਰਸਿਟੀ ਦੀ। ਦੂਜੀ ਯੂਨੀਵਰਸਿਟੀ ਯੂਨੀਵਰਸਿਟੀ ਆਫ ਕੈਲੀਫੋਰਨੀਆ, ਇਹਦੇ 'ਚ ਕਿਸੇ ਕੋਰਸ ਵਿੱਚ 6 ਬੈਂਡ ਦੀ ਰਿਕੁਆਇਰਮੈਂਟ ਹੈ, ਕਿਸੇ 6.5 ਦੀ ਹੈ, ਕਿਸੇ 'ਚ ਤੁਸੀਂ ESL ਦੇ ਨਾਲ ਇੰਗਲਿਸ਼ ਕੋਰਸ ਨਾਲ ਜਾ ਸਕਦੇ ਹੋ। ਸੋ ਜਿਹੜੇ ਬੱਚੇ ਨੇ ਆਇਲਸ ਨਹੀਂ ਕੀਤੀ ਉਹ ਵੀ ਇਸ ਸੈਮੀਨਾਰ 'ਚ ਹਿੱਸਾ ਲੈ ਕੇ ਔਨ ਦਾ ਸਪੋਟ ਆਪਣੀ ਅਸੈਸਮੈਂਟ ਕਰਾ ਕੇ I-20 ਅਪਲਾਈ ਕਰ ਸਕਦਾ। ਸਭ ਤੋਂ ਵੱਡਾ ਫਾਇਦਾ ਸੈਮੀਨਾਰ ਨੂੰ ਅਟੈਂਡ ਕਰਨ ਦਾ ਇਹ ਹੈ ਕਿ ਅੱਜ ਤੁਸੀਂ ਯੂ ਐਸ ਦੀ ਕਿਸੇ ਯੂਨੀਵਰਸਿਟੀ 'ਚ I-20 ਅਪਲਾਈ ਕਰਨੀ ਤਾਂ ਘੱਟੋ ਘੱਟ 4 ਤੋਂ ਲੈ ਕੇ 8 ਹਫ਼ਤਿਆਂ ਸਮਾਂ ਲੱਗਦਾ, ਯਾਨੀ ਕਿ 1 ਮਹੀਨੇ ਤੋਂ ਲੈ ਕੇ 2 ਮਹੀਨੇ ਸਮਾਂ ਲੱਗਦਾ। ਇਸ ਸੈਮੀਨਾਰ ਨੂੰ ਅਟੈਂਡ ਕਰਨ ਵਾਲੇ ਬੱਚੇ ਨੂੰ ਵਿਦਇਨ 7 ਡੇਜ਼ I-20 ਮਿਲ ਜਾਏਗੀ। ਜੇ ਉਸ ਦਿਨ ਤੁਸੀਂ ਆ ਕੇ ਆਪਣੇ ਓਰੀਜਨਲ ਡਾਕੂਮੈਂਟ ਨਾਲ ਲਿਆ ਕੇ ਅਪਲਾਈ ਕਰਦੇ ਹੋ ਤਾਂ ਤੁਹਾਨੂੰ 7 ਦਿਨਾਂ ਵਿੱਚ ਤੁਹਾਨੂੰ CO ਮਿਲ ਜਾਏਗੀ, 1 ਦਿਨ 'ਚ ਆਫ ਲੈਟਰ ਜਾਂ 2 ਦਿਨ 'ਚ ਆਫ ਲੈਟਰ, 7 ਦਿਨ 'ਚ ਤੁਹਾਨੂੰ CO ਮਿਲ ਜਾਏਗੀ। ਸੋ ਅਮੈਰੀਕਾ ਪੜ੍ਹਨ ਜਾਣਾ ਚਾਹੁੰਦੇ ਹੋ, ਕੈਨੇਡਾ ਤੋਂ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਚੁੱਕੇ ਹੋ, ਆਇਲਸ ਨਹੀਂ ਕੀਤੀ ਜਾਂ 5.5 ਬੈਂਡ ਹੈ, ਦਿਸ ਇਜ਼ ਰਾਈਟ ਟਾਈਮ ਟੂ ਅਪਲਾਈ ਫੋਰ USA। ਅਮੈਰੀਕਾ ਇੱਕ ਇਹੋ ਜਿਹਾ ਮੁਲਕ ਹੈ ਜਿਹਦੀ ਪੜ੍ਹਾਈ ਦੁਨੀਆ 'ਚ ਰੈਕਗਨਾਈਜ਼ ਆ। ਦੁਨੀਆ 'ਚ ਜੇ 170 ਜਾਂ 190 ਜਿੰਨੇ ਵੀ ਮੁਲਕ ਹੈ, ਉਹਨਾਂ ਸਾਰੇ ਮੁਲਕਾਂ 'ਚ ਅਮੈਰੀਕਨ ਡਿਗਰੀ, ਅਮੈਰੀਕਨ ਪੜ੍ਹਾਈ ਰੈਕਗਨਾਈਜ਼ ਹੈ, ਵੈਲਿਊ ਰੱਖਦੀ ਹੈ। ਦੁਨੀਆ ਦੀ ਨੰਬਰ 1 ਮੁਲਕ ਜਿਹੜਾ ਤੁਹਾਨੂੰ ਪੜ੍ਹਾਈ ਕਰਾਉਂਦਾ ਐਂਡ ਉਸ ਪੜ੍ਹਾਈ ਨੂੰ ਦੁਨੀਆ ਭਰ 'ਚ ਤੁਹਾਨੂੰ ਕੰਮ ਕਰਨ ਦੇ ਜਾਂ ਨੌਕਰੀਆਂ ਲੱਭਣ ਦੇ ਮੌਕੇ ਦਿੰਦਾ। ਸੋ ਅਗਰ ਇੱਕ ਚੰਗੀ ਐਜੂਕੇਸ਼ਨ ਦਾ ਹਿੱਸਾ ਬਣਨਾ ਚਾਹੁੰਦੇ ਹੋ, ਅਮੈਰੀਕਾ 'ਚ ਸੈਟਲ ਹੋਣਾ ਚਾਹੁੰਦੇ ਹੋ, ਤਾਂ ਇੱਕ ਇਹੋ ਜਿਹਾ ਮੌਕਾ ਹੈ ਜੋ ਤੁਹਾਨੂੰ ਇੱਕ ਚੰਗੇ ਫਿਊਚਰ ਤੱਕ ਪਹੁੰਚਾ ਸਕਦਾ ਹੈ। ਲੋੜ ਹੈ 70509 70509, ਯਾਨੀ ਕਿ 7050970509 ਦੇ ਨੰਬਰ 'ਤੇ ਕਾਲ ਕਰਕੇ ਅਪਾਇੰਟ ਬੁੱਕ ਕਰਨ ਦੀ। ਹਾਲੇ ਦਿਨ ਬਚੇ ਨੇ, ਸੋ 10 ਤਰੀਕ ਤੋਂ ਪਹਿਲਾਂ ਆਪਣੀ ਅਪਾਇੰਟਮੈਂਟ ਬੁੱਕ ਕਰ ਲਿਓ ਤਾਂ ਕਿ 11 ਤਰੀਕ ਨੂੰ ਇਸ ਸੈਮੀਨਾਰ 'ਚ ਮੌਕੇ 'ਤੇ ਪਹੁੰਚ ਕੇ ਆਪਣੀ ਇੱਕ ਸਹੀ ਪੜ੍ਹਾਈ ਨੂੰ ਜਾਂ ਸਹੀ ਫਿਊਚਰ ਨੂੰ ਸਲਾਹ ਲੈ ਕੇ ਲਈ ਜਾ ਸਕੇ। ਜੀ, ਸੋ 11 ਫਰਵਰੀ ਦਿਨ ਸੋਮਵਾਰ ਨੂੰ ਤੁਸੀਂ RS ਗਲੋਬਲ ਦੇ ਦਫ਼ਤਰ ਵਿੱਚ ਵਿਜ਼ਿਟ ਕਰ ਸਕਦੇ ਹੋ ਜਲੰਧਰ, ਜੇਕਰ ਤੁਸੀਂ USA ਸੈਮੀਨਾਰ ਅਟੈਂਡ ਕਰਨਾ ਚਾਹੁੰਦੇ। ਯੂਨੀਵਰਸਿਟੀ ਡੈਲੀਗੇਟਸ ਆਉਣਗੇ, ਮੌਕੇ 'ਤੇ ਆਪਣੀ ਕਾਗਜ਼ਾਤ ਦਿਖਾ ਕੇ ਮੌਕੇ 'ਤੇ ਅਸੈਸਮੈਂਟ ਕਰਵਾ ਸਕਦੇ ਔਰ 6 ਤੋਂ 7 ਦਿਨ ਦੇ ਵਿੱਚ ਤੁਹਾਨੂੰ ਜਿਹੜੀ I-20 ਉਹ ਮਿਲ ਜਾਏਗੀ ਔਰ ਤੁਸੀਂ ਆਪਣੇ US ਦਾ ਕੇਸ ਅਪਲਾਈ ਕਰ ਸਕਦੇ ਹੋ। ਵੱਡੀ ਗੱਲ ਇਹ, ਇੰਟਰਵਿਊ ਤਿਆਰੀ RS ਗਲੋਬਲ ਦੀ ਐਕਸਪਰਟ ਟੀਮ ਵੱਲੋਂ ਕਰਵਾਈ ਜਾਵੇਗੀ। ਸੋ ਰਾਈ ਸਾਹਿਬ, 2-3 ਸਵਾਲ ਸੀ US ਨੂੰ ਲੈ ਕੇ। ਪਹਿਲਾ ਸਵਾਲ, ਗੈਪ ਕੰਸਿਡਰ ਹੋਵੇਗਾ ਇਹਦੇ ਵਿੱਚ? ਦੂਸਰਾ ਸਵਾਲ, ਫੰਡਸ ਦੀ ਕੀ ਸਿਚੁਏਸ਼ਨ ਹੈ, ਕੀ ਫੰਡਸ ਚਾਹੀਦੇ ਹੋਣਗੇ? ਤੀਸਰਾ ਸਵਾਲ, ਜਦੋਂ ਬੱਚੇ ਨੂੰ ਵੀਜ਼ਾ ਮਿਲਦਾ ਕਿੰਨੀ ਡਿਊਰੇਸ਼ਨ ਕਿੰਨੀ ਹੁੰਦੀ ਵੀਜ਼ੇ ਦੀ? ਬੜਾ ਵਧੀਆ ਸਵਾਲ ਪੁੱਛੇ, ਮੈਂ ਗੱਲ ਕਰਨੀ ਭੁੱਲ ਗਿਆ। ਗੈਪ ਦਾ ਬੜਾ ਵੱਡਾ ਮੁੱਦਾ ਪੰਜਾਬ ਦੇ ਬੱਚਿਆਂ ਦੇ ਵਿੱਚ ਹੈਗਾ, ਕਿਉਂਕਿ ਅੱਜ ਹਰ ਇੱਕ ਬੱਚਾ 2-4 ਸਾਲ ਦਾ ਗੈਪ ਤਾਂ ਪਵਾ ਹੀ ਚੁੱਕਾ ਨਾ, ਜਾਣੇ ਜਾਣੇ 'ਚ ਜਾਂ ਟਰਾਈ ਕਰਨ ਦੇ ਚੱਕਰ 'ਚ। 3 ਸਾਲ ਦੇ ਗੈਪ ਤੱਕ ਦੀ ਕੋਈ ਜਸਟੀਫਿਕੇਸ਼ਨ ਨਹੀਂ ਚਾਹੀਦੀ। 3 ਸਾਲ ਤੋਂ ਜ਼ਿਆਦਾ, ਭਾਵੇਂ 5 ਸਾਲ ਦਾ, ਭਾਵੇਂ 10 ਸਾਲ ਦਾ ਗੈਪ ਹੋਵੇ, ਸਾਰਾ ਅਸੈਪਟੇਬਲ ਹੈ। ਸੋ ਆਸਟ੍ਰੇਲੀਆ ਵਾਂਗ ਜੇ ਆਸਟ੍ਰੇਲੀਆ ਗੱਲ ਕਰਾਂ ਤਾਂ ਅਸੀਂ 1 ਸਾਲ ਤੋਂ ਵੱਧ ਗੈਪ ਅਸੈਪਟ ਨਹੀਂ ਕਰਦੇ। ਤਾਂ ਜਿੱਥੇ US ਦੀ ਗੱਲ ਆ ਰਹੀ ਹੈ, 10 ਸਾਲ ਤੱਕ ਗੈਪ ਅਸੈਪਟੇਬਲ ਆ। ਅੱਜ 2019 'ਚ ਬੈਠੇ ਹਾਂ, ਜੇ 2009 'ਚ ਵੀ ਪੜ੍ਹਾਈ ਕੰਪਲੀਟ ਕੀਤੀ ਹੈ, 2009 ਤੋਂ ਲੈ ਕੇ ਹੁਣ ਤੱਕ ਜੋ ਵੀ ਬਿਜ਼ਨਸ ਕੰਮ ਧੰਦਾ ਜੋਬ ਜੋ ਵੀ ਕੀਤਾ, ਉਹਦਾ SOP ਦੇ ਜ਼ਰੀਏ ਡਿਟੇਲ 'ਚ ਜਸਟੀਫਿਕੇਸ਼ਨ ਲਾ ਕੇ ਵੀਜ਼ਾ ਲਿਆ ਜਾ ਸਕਦਾ। ਵੀਜ਼ਾ ਅਫਸਰ ਪੜ੍ਹਾਈ ਦੇ ਗੈਪ ਨੂੰ ਲੈ ਕੇ ਕੋਈ ਸਵਾਲ ਨਹੀਂ ਪੁੱਛਦਾ, ਸਿਰਫ ਯੂਨੀਵਰਸਿਟੀ ਪੁੱਛ ਸਕਦੀ ਹੈ। ਤਾਂ ਉਹਦੇ 'ਚ 5 ਸਾਲ ਤੱਕ ਕੋਈ ਪੁੱਛਗਿਛ ਨਹੀਂ, 3 ਤੋਂ 5 ਸਾਲ ਤੱਕ, 5 ਸਾਲ ਤੋਂ ਜ਼ਿਆਦਾ ਤਾਂ ਫਿਰ ਜਸਟੀਫਿਕੇਸ਼ਨ ਲਾਉਣ ਦੀ ਜ਼ਰੂਰਤ ਹੈ। ਹੁਣ ਅਗਲਾ ਤੁਹਾਡਾ ਆ ਗਿਆ ਫੰਡ। ਹੁਣ ਅੰਬੈਸੀ ਜਦੋਂ ਜਾਣਾ ਤੁਸੀਂ US ਦਾ ਵੀਜ਼ਾ ਲੈਣ, ਤੁਹਾਨੂੰ ਆਪਣੇ ਪਾਸਪੋਰਟ ਤੋਂ ਇਲਾਵਾ ਕੋਈ ਪੇਪਰ ਦੀ ਉਹਨੇ ਪੁੱਛਗਿਛ ਨਹੀਂ ਕਰਨੀ। ਸੋ ਅੰਬੈਸੀ ਤੁਹਾਡੇ ਕੋਈ ਫੰਡ, ਕੋਈ ਇਨਕਮ ਪਰੂਫ ਚੈੱਕ ਨਹੀਂ ਹੁੰਦੇ, ਕਿਉਂਕਿ ਇਹ ਸਾਰੀ ਚੀਜ਼ਾਂ ਪਹਿਲਾਂ ਯੂਨੀਵਰਸਿਟੀ ਚੈੱਕ ਕਰ ਲੈਂਦੀ ਹੈ। ਜਿਹੜਾ DS-160 ਫੋਰਮ ਪੰਨਾ, ਉਹਦੇ 'ਚ ਮੈਂਸ਼ਨ ਕਰ ਲਿਆ ਜਾਂਦਾ। ਜੇ ਕਿਤੇ ਵੀਜ਼ਾ ਅਫਸਰ ਨੂੰ ਸ਼ੱਕ ਹੋਵੇ ਕਿ ਗਲਤ ਲਿਖਿਆ ਜਾਂ ਝੂਠ ਲਿਖਿਆ, ਤਾਂ ਉਹ ਮੰਗ ਸਕਦਾ, ਬਟ ਅੱਜ ਤੱਕ ਮੇਰੇ ਰਿਕਾਰਡ ਮੁਤਾਬਕ ਕਦੀ ਮੰਗਿਆ ਨਹੀਂ। ਬਟ ਯੈਸ, ਜਦੋਂ ਤੁਸੀਂ ਯੂਨੀਵਰਸਿਟੀ ਪੜ੍ਹਨ ਜਾਣਾ, ਯੂਨੀਵਰਸਿਟੀ ਨੇ ਤੁਹਾਡੇ ਕੋਲ ਸਾਲ ਦੀ ਫੀਸ ਪੇ ਕਰਨ ਦੀ ਅਤੇ ਉੱਥੇ ਅਮੈਰੀਕਾ 'ਚ ਸਾਲ ਦਾ ਰਹਿਣ ਸਹਿਣ ਦਾ ਖਰਚਾ ਭਰਨ ਦੀ ਹਿੰਮਤ, ਤੁਹਾਡੇ ਪੇਰੈਂਟਸ ਕੋਲ ਪੈਸਾ ਹੈਗਾ, ਤਕਰੀਬਨ 18 ਲੱਖ ਤੋਂ ਲੈ ਕੇ 20 ਲੱਖ ਰੁਪਏ ਤੁਹਾਡੇ ਮਾਂ ਪਿਓ, ਤੁਹਾਡੇ ਭੈਣ ਭਰਾ, ਤੁਹਾਡੇ ਪਰਿਵਾਰਕ ਮੈਂਬਰਾਂ ਦੇ ਖਾਤੇ 'ਚ ਹੋਣਾ ਚਾਹੀਦਾ। ਉਹ ਤੁਸੀਂ ਚਾਹੇ 1 ਦਿਨ ਪਹਿਲਾਂ ਪੁਆਇਆ ਜਾਂ ਹਫ਼ਤਾ ਪਹਿਲਾਂ ਪੁਆਇਆ ਜਾਂ ਮਹੀਨਾ ਪਹਿਲਾਂ ਪੁਆਇਆ, ਉਹਦੀ ਕੋਈ ਪੁੱਛਗਿਛ ਨਹੀਂ। ਸੋ ਨਵੇਂ ਫੰਡ ਵੀ ਅਸੈਪਟੇਬਲ ਹੈ, 18 ਲੱਖ ਤੋਂ 20 ਲੱਖ ਰੁਪਈਆ। ਵੀਜ਼ਾ ਡੂਰੇਸ਼ਨ ਜਿਹੜੀ ਹੈ ਉਹ 5 ਸਾਲ ਤੱਕ ਇਸ਼ੂ ਹੁੰਦਾ ਅੱਜ ਕੱਲ੍ਹ, ਕਿਉਂਕਿ ਜਿਹੜੀ ਤਾਂ ਡਿਗਰੀ ਹੈ ਉਹ 4 ਸਾਲ ਦੀ ਹੈ। F1 ਵੀਜ਼ਾ ਨੂੰ ਕਹਿੰਦੇ, F1 ਅਗਰ ਸਪਾਊਸ ਨਾਲ ਚੱਲੇ, F1 F2 ਕੈਟਾਗਰੀ, ਜਿਹਦੇ 'ਚ 5 ਸਾਲ ਦਾ ਵੀਜ਼ਾ ਇਸ਼ੂ ਹੁੰਦਾ ਜੇ ਤੁਸੀਂ ਬੈਚ ਡਿਗਰੀ ਕਰਨ ਚੱਲੇ ਹੋ। ਨੋਰਮਲੀ ਜਿਹੜਾ ਬੱਚਾ ਮਾਸਟਰ ਡਿਗਰੀ ਕਰਨ ਚੱਲਿਆ ਤਾਂ 3 ਸਾਲ ਦਾ ਵੀਜ਼ਾ ਇਸ਼ੂ ਹੁੰਦਾ, ਬਟ ਅੱਜ ਕੱਲ੍ਹ ਜਿੰਨੇ ਕੁ ਵੀਜ਼ੇ ਸਾਡੇ ਪੁਰਾਣੇ ਲਾ ਕੇ ਆਏ ਨੇ ਉਹ ਵੀ 5-5 ਸਾਲ ਦੇ ਇਸ਼ੂ ਹੋਇਆ। ਸੋ ਨੋਰਮਲੀ 3 ਸਾਲ ਤੋਂ ਲੈ ਕੇ ਜ਼ਿਆਦਾਤਰ 5 ਸਾਲ ਤੱਕ ਵੀਜ਼ਾ ਇਸ਼ੂ ਹੁੰਦਾ। ਤੁਸੀਂ ਪੜ੍ਹਾਈ ਖਤਮ ਕਰਨ ਤੋਂ ਬਾਅਦ ਆਪਣੀ ਜੋਬ ਲੱਭ ਕੇ ਰਿਲੇਟਡ ਫੀਲ
ਚੰਗੀ ਐਜੂਕੇਸ਼ਨ ਲੈਣ ਦੇ ਲਈ ਮਕਸਦ ਨਾਲ ਘੱਟ ਅਤੇ ਸਿਰਫ ਲੰਘਣ ਦੇ ਜਾਂ ਪਹੁੰਚਣ ਚੱਕਰ 'ਚ ਜਾ ਜਾਂਦੇ ਹਾਂ, ਉਸ ਚੱਕਰ 'ਚ ਅਸੀਂ ਸਪਾਊਸ ਕੇਸ ਨੂੰ ਘੱਟ ਪ੍ਰਮੋਟ ਕਰਦੇ ਹਾਂ। ਬਟ ਫਿਰ ਵੀ ਜੇ ਤੁਹਾਡੀ ਜੈਨੂਨ ਮੈਰਿਜ ਹੈ, ਹਸਬੈਂਡ ਵਾਈਫ ਦੇ ਵਿਆਹ ਨੂੰ ਸਾਲ ਪੁਰਾਣਾ ਹੋ ਚੁੱਕਿਆ, ਤੁਹਾਡੇ ਕੋਲ ਫੰਡਸ ਹਸਬੈਂਡ ਦੇ ਵੀ ਰਹਿਣ ਖਹਿਣ ਦੇ ਬੀਅਰ ਕਰਨ ਲਈ ਫੰਡ ਖਾਤਿਆਂ 'ਚ ਅਵੇਲੇਬਲ ਹੈਗੇ ਆ, ਮਤਲਬ 25-30 ਲੱਖ ਰੁਪਏ ਖਾਤਿਆਂ 'ਚ ਹੈਗਾ, ਅਤੇ ਸਪਾਊਸ ਦੇ ਨਾਲ ਵੀਜ਼ਾ ਅਪਲਾਈ ਕੀਤਾ ਜਾ ਸਕਦਾ। ਸੋ ਆਈਲਟਸ ਦੀ ਲੋੜ ਨਹੀਂ ਹੈ, ਬਟ ਅੰਗਰੇਜ਼ੀ ਲੋੜ ਹੈ। ਮੈਂ ਇੱਥੇ ਵਾਰ ਵਾਰ ਇਹ ਗੱਲ ਨੂੰ ਇਸ ਕਰਕੇ ਫੋਕਸ ਕਰ ਰਿਹਾ ਕਿ ਆਇਲਸ ਤੋਂ ਬਿਨਾਂ ਦਾਖਲਾ ਹੋ ਜਾਏਗਾ, ਬਟ ਅੰਗਰੇਜ਼ੀ ਤੋਂ ਬਿਨਾਂ ਵੀਜ਼ਾ ਨਹੀਂ ਮਿਲਣਾ। ਸੋ ਉਹੀ ਬੱਚਾ ਸਾਨੂੰ ਸੰਪਰਕ ਕਰੇ, ਉਹੀ ਬੱਚਾ ਦਫ਼ਤਰ ਆਵੇ, ਉਹੀ ਬੱਚਾ ਸੈਮੀਨਾਰ 'ਚ ਹਿੱਸਾ ਲਵੇ ਜਿਹਨੇ ਆਇਲਸ ਤਾਂ ਨਹੀਂ ਕੀਤੀ, ਕੋਈ ਗੱਲ ਨਹੀਂ, ਬਟ ਅੰਗਰੇਜ਼ੀ ਸਿੱਖਣ 'ਚ ਉਹ ਮਤਲਬ ਸ਼ਰਮ ਫੀਲ ਨਹੀਂ ਕਰਦਾ ਜਾਂ ਹਿੰਮਤ ਨਹੀਂ ਹਾਰ ਚੁੱਕਾ ਕਿ ਮੈਂ ਅੰਗਰੇਜ਼ੀ ਸਿੱਖਣ ਤੋਂ ਡਰਦਾ। ਜਿਹੜਾ ਬੱਚਾ ਕਹਿੰਦਾ ਨਹੀਂ ਮੈਂ ਅੰਗਰੇਜ਼ੀ ਸਿੱਖ ਵੀ ਨਹੀਂ ਸਕਦਾ, ਅੰਗਰੇਜ਼ੀ ਬੋਲ ਵੀ ਨਹੀਂ ਸਕਦਾ, ਆਇਲਸ ਵੀ ਨਹੀਂ ਕਰ ਸਕਦਾ, ਉਹ ਸਾਡੇ ਨਾਲ ਸੰਪਰਕ ਨਾ ਕਰੇ, ਉਹਦਾ ਵੀਜ਼ਾ ਅਪਲਾਈ ਕਰਨਾ ਸਿਰਫ ਇੱਕ ਬੇਵਕੂਫੀ ਹੈ। ਐਵੇਂ 40-50 ਹਜ਼ਾਰ ਖਰਾਬ ਕਰਕੇ ਆਪਣੇ ਮੱਥੇ 'ਤੇ ਐਵੇਂ ਤੋਹਮਤ ਲਵਾਉਣ ਦੀ ਗੱਲ ਹੈ। ਸੋ ਜੇ ਬੱਚੇ ਨੇ ਆਇਲਸ ਨਹੀਂ ਕੀਤੀ, ਕੋਈ ਸਮੱਸਿਆ ਨਹੀਂ, ਬਟ ਅੰਗਰੇਜ਼ੀ ਅਸੀਂ ਸਿਖਾਵਾਂਗੇ 2 ਤੋਂ ਲੈ ਕੇ 3 ਮਹੀਨੇ ਬੱਚੇ ਨੂੰ ਕਲਾਸਾਂ ਲਵਾਵਾਂਗੇ ਜਿਹੜਾ ਜ਼ਿਆਦਾ ਵੀਕ ਹੈ। ਅਤੇ ਜੇ ਆਲਰੇਡੀ 5-5 ਬੈਂਡ ਹੈਗੇ ਬੱਚੇ ਦੇ, ਤੇ 1 ਮਹੀਨੇ ਦੀ ਟ੍ਰੇਨਿੰਗ ਕਲਾਸ ਲਵਾ ਕੇ ਉਸ ਬੱਚੇ ਨੂੰ US ਦਾ ਵੀਜ਼ਾ ਲੈਣ ਲਈ ਹੱਕਦਾਰ ਬਣਾਇਆ ਜਾਏਗਾ। ਸੋ ਆਇਲਸ ਦੀ ਲੋੜ ਨਹੀਂ ਹੈ, 5 ਸਾਲ ਤੋਂ 10 ਸਾਲ ਤੱਕ ਗੈਪ ਅਸੈਪਟੇਬਲ ਹੈ। ਫੰਡਸ ਕੋਈ ਪੁਰਾਣੇ ਨਹੀਂ ਚਾਹੀਦੇ, ਅੰਬੈਸੀ 'ਚ ਕੋਈ ਫੰਡ ਨਹੀਂ ਜਾਣੇ, ਸਿਰਫ ਯੂਨੀਵਰਸਿਟੀ ਨੇ ਤੁਹਾਡੀ ਪੜ੍ਹਾਈ ਦੇ ਫੰਡ ਵੇਖਣੇ ਆ। ਸੋ ਅਮੈਰੀਕਾ ਦਾ ਪੜ੍ਹਨ ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਅਮੈਰੀਕਾ ਜਾ ਕੇ ਸੈਟਲ ਹੋਣਾ ਚਾਹੁੰਦੇ ਹੋ, 11 ਫਰਵਰੀ ਦਿਨ ਸੋਮਵਾਰ ਨੂੰ RS ਗਲੋਬਲ ਇਮੀਗ੍ਰੇਸ਼ਨ ਦੇ ਜਲੰਧਰ ਦਫ਼ਤਰ 'ਚ ਪਹੁੰਚ ਕੇ ਇਸ ਸੈਮੀਨਾਰ 'ਚ ਹਿੱਸਾ ਲਿਆ ਜਾ ਸਕਦਾ, ਜਿੱਥੇ ਗਵਰਨਮੈਂਟ ਯੂਨੀਵਰਸਿਟੀ, ਸਟੇਟ ਯੂਨੀਵਰਸਿਟੀ ਨੁਮਾਇੰਦੇ ਤੁਹਾਨੂੰ ਮਿਲ ਕੇ ਪੜ੍ਹਾਈ ਬਾਰੇ, ਉੱਥੋਂ ਦੇ ਇਨਵਾਇਰਮੈਂਟ ਬਾਰੇ, ਪੜ੍ਹਾਈ ਖਤਮ ਕਰਨ ਤੋਂ ਬਾਅਦ ਅੱਗੇ ਕੀ ਤੁਹਾਡੇ ਫਿਊਚਰ ਉਸ ਦੇ ਬਾਰੇ ਜਾਣਕਾਰੀ ਦੇਣਗੇ। ਸੋ ਡਿਲੇ ਨਾ ਕਰੋ, 70509 ਨੰਬਰ 'ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਲਓ ਤਾਂ ਕਿ ਸਮੇਂ ਸਿਰ ਤੁਹਾਨੂੰ ਟਾਈਮ ਦੇ ਕੇ ਤੁਹਾਨੂੰ ਭਵਿੱਖ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਜੀ, ਸੋ ਜਿਹੜੇ ਬੱਚੇ ਰਿਫਿਊਜ਼ ਹੋ ਚੁੱਕੇ ਨੇ ਕੈਨੇਡਾ ਤੋਂ ਜਾਂ ਫਿਰ ਆਸਟ੍ਰੇਲੀਆ ਤੋਂ, UK ਤੋਂ, ਨਿਊਜ਼ੀਲੈਂਡ ਤੋਂ, ਕਿਸੇ ਵੀ ਮੁਲਕ ਤੋਂ ਰਿਫਿਊਜ਼ ਹੋ ਚੁੱਕੇ ਹੋ, ਚਾਹੇ ਤੁਸੀਂ ਆਇਲਸ ਕੀਤੀ ਸੀ ਜਾਂ ਤੁਸੀਂ ਆਇਲਸ ਨਹੀਂ ਕੀਤੀ, ਚਾਹੇ ਤੁਹਾਡੇ 5.5 ਬੈਂਡ ਸੀ ਜਾਂ 6 ਬੈਂਡ ਸੀ, 1 ਮੋਡਿਊਲ 'ਚੋਂ 5 ਬੈਂਡ ਸੀ, 2 ਮੋਡਿਊਲ 'ਚੋਂ 5.5 ਬੈਂਡ ਸੀ, ਆਇਲਸ ਦਾ ਸਕੋਰ ਕੀਤਾ ਹੈ, GMAT, SAT, ਕੋਈ ਵੀ ਤੁਸੀਂ ਸਟੱਡੀ ਕੀਤੀ ਜਿਹੜੀ ਤੁਹਾਡੀ ਇੰਗਲਿਸ਼ ਦੀ ਪ੍ਰੋਫੀਸ਼ੀਐਂਸੀ ਨੂੰ ਚੈੱਕ ਕਰਦੀ ਹੈ, ਤਾਂ USA ਤੁਹਾਡਾ ਸਵਾਗਤ ਕਰ ਰਿਹਾ। ਜੇਕਰ ਤੁਸੀਂ ਆਇਲਸ ਨਹੀਂ ਵੀ ਕੀਤੀ, ਤੁਹਾਨੂੰ ਲੱਗਦਾ ਕਿ ਤੁਸੀਂ ਵੀਜ਼ਾ ਅਫਸਰ ਨੂੰ ਆਪਣੇ ਜਵਾਬ ਦੇ ਨਾਲ ਕਨਵਿੰਸ ਕਰ ਸਕਦੇ ਹੋ, ਕਿਉਂਕਿ ਵੀਜ਼ਾ ਅਫਸਰ ਨੇ ਕੋਈ ਤੁਹਾਡੇ ਕਾਗਜ਼ਾਤ ਨਹੀਂ ਦੇਖਣੇ, ਕੋਈ ਕੁਛ ਨਹੀਂ ਦੇਖਣਾ, ਸਿਰਫ ਤੁਹਾਨੂੰ 4 ਸਵਾਲ ਪੁੱਛਣੇ, ਅਮਰੀਕਾ ਜਾਣਾ ਕਿਉਂ, ਕਿਹੜੀ ਸਟੱਡੀ ਕਰਨ ਜਾ ਰਹੇ ਹੋ, ਤੁਹਾਡਾ ਖਰਚਾ ਕੌਣ ਚੁੱਕੇਗਾ, ਅਤੇ ਤੁਸੀਂ ਜਿਹੜਾ ਖਰਚਾ ਕਰਨ ਜਾ ਰਹੇ ਹੋ ਉਹ ਪੈਸਾ ਕਿਵੇਂ ਕਮਾਓਗੇ, ਉਹਦੀ ਭਰਪਾਈ ਕਿਵੇਂ ਕਰੋਗੇ। ਜੇ ਇਹ 4 ਸਵਾਲਾਂ ਦੇ ਜਵਾਬ ਤੁਸੀਂ ਸਿੱਧੇ ਤਰੀਕੇ ਨਾਲ ਚੰਗੀ ਤਰ੍ਹਾਂ ਨਾਲ ਜਵਾਬ ਦੇ ਕੇ ਵੀਜ਼ਾ ਅਫਸਰ ਨੂੰ ਕਨਵਿੰਸ ਕਰਦੇ ਹੋ, ਤਾਂ ਆਲਮੋਸਟ 100% ਵੀਜ਼ਾ ਤੁਹਾਨੂੰ ਮਿਲਦਾ। ਤੁਹਾਡੇ ਜਵਾਬਾਂ ਦੇ ਵਿੱਚ ਉਹਨੂੰ ਵੀਜ਼ਾ ਅਫਸਰ ਨੂੰ ਉਹਦੇ ਜਵਾਬ ਨਹੀਂ ਮਿਲਦੇ, ਤਾਂ ਮੌਕੇ 'ਤੇ ਹੀ ਵੀਜ਼ਾ ਅਫਸਰ ਤੁਹਾਡਾ ਪਾਸਪੋਰਟ ਵਾਪਸ ਕਰ ਦੇਗਾ ਔਰ ਤੁਹਾਨੂੰ ਵੀਜ਼ਾ USA ਦਾ ਰਿਫਿਊਜ਼ ਕਰ ਦਿੱਤਾ ਜਾਂਦਾ ਹੈ। ਸੋ ਤੁਹਾਡੇ ਵੀਜ਼ਾ ਲੱਗਣ ਦੇ ਵਿੱਚ ਤੁਹਾਡਾ ਅਹਿਮ ਰੋਲ ਹੁੰਦਾ ਹੈ USA ਦੇ। ਇੱਕ ਕੰਸਲਟੈਂਟ ਦੀ ਜ਼ਿੰਮੇਵਾਰੀ ਹੁੰਦੀ ਹੈ ਚੰਗੀ ਯੂਨੀਵਰਸਿਟੀ ਲੱਭ ਕੇ ਦੇਣ ਦੀ, ਚੰਗੇ ਤਰੀਕੇ ਨਾਲ ਤਿਆਰੀ ਕਰਾਉਣ ਦੀ। ਸੋ ਵੀਜ਼ਾ ਅਫਸਰ ਸਾਹਮਣੇ ਤੁਸੀਂ ਜਵਾਬ ਦੇਣਾ ਹੈ, ਆਇਲਸ ਕੀਤੀ ਹੈ ਨਹੀਂ ਕੀਤੀ ਮੈਟਰ ਨਹੀਂ ਕਰਦਾ। ਹੋਰ ਜਾਣਕਾਰੀ ਚਾਹੁੰਦੇ ਹੋ ਤਾਂ 11 ਫਰਵਰੀ ਨੂੰ RS ਗਲੋਬਲ ਵੱਲੋਂ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ USA ਸਟੱਡੀ ਵੀਜ਼ਾ ਨੂੰ ਲੈ ਕੇ, ਉਸ ਸੈਮੀਨਾਰ ਦਾ ਤੁਸੀਂ ਹਿੱਸਾ ਬਣ ਸਕਦੇ ਹੋ। ਯੂਨੀਵਰਸਿਟੀਆਂ ਦੇ ਡੈਲੀਗੇਟਸ ਨੂੰ, ਨੁਮਾਇੰਦਿਆਂ ਨੂੰ ਮੌਕੇ 'ਤੇ ਮਿਲ ਸਕਦੇ ਹੋ, ਆਪਣਾ ਕੇਸ ਜਿਹੜਾ ਹੈ ਉਹਦੀ ਜਾਣਕਾਰੀ ਲੈ ਸਕਦੇ ਹੋ, ਤੁਹਾਨੂੰ ਕਿਹੜਾ ਯੂਨੀਵਰਸਿਟੀ ਮਿਲੇਗੀ, ਕਿਹੜਾ ਕੋਰਸ ਮਿਲੇਗਾ, ਕਿੰਨਾ ਖਰਚਾ ਹੋਵੇਗਾ, ਕਿੰਨੇ ਚਿਰ ਦਾ ਵੀਜ਼ਾ ਮਿਲੇਗਾ, ਤਮਾਮ ਜਾਣਕਾਰੀ 11 ਫਰਵਰੀ ਨੂੰ RS ਗਲੋਬਲ ਦੇ ਜਲੰਧਰ ਦਫ਼ਤਰ ਵਿੱਚ ਆ ਕੇ ਤੁਸੀਂ ਲੈ ਸਕਦੇ ਹੋ। ਆਪਣੀ ਅਪੁਆਇੰਟਮੈਂਟ ਫਿਕਸ ਕਰ ਲਓ 10 ਜਨਵਰੀ ਤੱਕ 70509 ਨੰਬਰ 'ਤੇ ਕਾਲ ਕਰਕੇ। USA ਜਾਣ ਸੰਬੰਧੀ ਕੋਈ ਇਨਫੋਰਮੇਸ਼ਨ ਚਾਹੁੰਦੇ ਹੋ 11 ਫਰਵਰੀ ਦਿਨ ਤੁਹਾਡੇ ਲਈ ਅਹਿਮ ਰਹੇਗਾ। ਰਾਜ ਸਾਹਿਬ ਜਾਂਦੇ ਕੋਈ ਮੈਸੇਜ ਦੇਣਾ ਚਾਹੋ ਬੱਚਿਆਂ ਨੂੰ? ਇਸ ਤੋਂ ਇਲਾਵਾ ਦੁਬਈ ਦਾ ਸਾਡਾ ਜਿਹੜਾ ਬੈਚ ਹੈ ਉਹ ਇਸ ਟਾਈਮ ਫਰਵਰੀ ਦਾ ਚੱਲ ਰਿਹਾ। ਬੜੀ ਵੱਡੀ ਪੱਧਰ 'ਤੇ ਸਾਨੂੰ ਪਿਛਲੇ ਹਫ਼ਤੇ ਲੋਕਾਂ ਦੀ ਇਨਕੁਆਇਰੀ ਸੁਣਨ ਨੂੰ ਮਿਲੀਆਂ। ਸੋ ਦੁਬਈ ਵਿੱਚ ਪੜ੍ਹ ਕੇ ਕਿਵੇਂ ਅਮੈਰੀਕਾ ਸੈਟਲ ਹੋ ਸਕਦੇ ਹੋ, ਜਿਨ੍ਹਾਂ ਦੀ ਪੜ੍ਹਾਈ 'ਚ 10-12 ਸਾਲ ਦਾ ਗੈਪ ਪੈ ਚੁੱਕਾ, ਇੰਗਲਿਸ਼ ਬਿਲਕੁਲ ਨਹੀਂ ਬੋਲ ਸਕਦੇ, ਜਾਂ ਜਿਨ੍ਹਾਂ ਦਾ ਪੜ੍ਹਾਈ ਵਾਲੇ ਪਾਸੇ ਇੰਟਰਸਟ ਹੀ ਨਹੀਂ ਹੈਗਾ, ਬਟ ਫਿਰ ਵੀ ਅਮੈਰੀਕਾ ਜਾਣਾ, ਬਟ ਉਹਨਾਂ ਨੂੰ ਪ੍ਰੈਕਟੀਕਲ ਜਿਵੇਂ ਪ੍ਰੋਫੈਸ਼ਨਲ ਸ਼ੈੱਫ ਦੇ ਕੋਰਸ ਅਸੀਂ ਭੇਜਦੇ ਹਾਂ, 3 ਮਹੀਨੇ ਦਾ ਕੋਰਸ ਹੈ, ਉਸ 3 ਮਹੀਨੇ ਦੇ ਕੋਰਸ ਤੋਂ ਬਾਅਦ ਬੱਚੇ ਨੂੰ ਸਿੱਧਾ US ਦੇ ਵਿੱਚ J1 ਵੀਜ਼ੇ 'ਤੇ ਇੰਟਰਨਸ਼ਿਪ 'ਤੇ ਭੇਜਿਆ ਜਾਂਦਾ, ਅਤੇ ਬੱਚਾ ਅਮੈਰੀਕਾ ਜਾ ਕੇ ਇੱਕ ਚੰਗਾ ਫਿਊਚਰ ਬਣਾ ਸਕਦਾ। ਸੋ ਜਿਹੜੇ ਬੱਚਿਆਂ ਦਾ ਪੜ੍ਹਾਈ ਵਾਲੇ ਪਾਸੇ ਇੰਟਰਸਟ ਨਹੀਂ ਹੈ, ਬਟ ਫਿਰ ਵੀ ਅਮੈਰੀਕਾ ਪਹੁੰਚਣਾ ਚਾਹੁੰਦੇ ਨੇ, ਸੈਟਲ ਹੋਣਾ ਚਾਹੁੰਦੇ ਨੇ, ਇੱਕ ਟੈਕਨੀਕਲ ਹੁਨਰ ਲੈ ਕੇ ਪਹੁੰਚਣਾ ਚਾਹੁੰਦੇ ਨੇ, ਤਾਂ ਦੁਬਈ ਪੜ੍ਹ ਕੇ 3 ਮਹੀਨੇ ਬਾਅਦ J1 ਵੀਜ਼ੇ 'ਤੇ ਅਮੈਰੀਕਾ ਜਾਇਆ ਜਾ ਸਕਦਾ। ਇਹਦੇ ਲਈ ਜ਼ਿਆਦਾ ਜਾਣਕਾਰੀ ਲਈ ਸਾਡੇ 70509 ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ। ਫੇਸਬੁੱਕ 'ਤੇ ਲਾਈਵ ਰਹਿੰਦਾ ਮੈਂ ਹਰ ਸੋਮਵਾਰ ਸ਼ਾਮ ਨੂੰ 4 ਤੋਂ 5, ਉੱਥੇ 'ਤੇ ਮੇਰੇ ਨਾਲ ਹਜ਼ਾਰਾਂ ਲੱਖਾਂ ਲੋਕ ਨਾਲ ਜੁੜ ਕੇ ਆਪਣੇ ਆਪਣੇ ਸਵਾਲ, ਆਪਣੀ ਆਪਣੀ ਜਾਣਕਾਰੀਆਂ ਲੈਂਦੇ ਨੇ, ਤੁਸੀਂ ਵੀ ਨਾਲ ਜੁੜ ਕੇ ਭਰਪੂਰ ਜਾਣਕਾਰੀ ਲੈ ਸਕਦੇ ਹੋ। ਸਾਡਾ ਫੇਸਬੁੱਕ ਪੇਜ ਲਾਈਕ ਕਰੋ, RS ਗਲੋਬਲ ਇਮੀਗ੍ਰੇਸ਼ਨ ਦੇ ਨਾਮ 'ਤੇ ਹੈ।
YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਰ ਐਸ ਗਲੋਬਲ ਇਮੀਗ੍ਰੇਸ਼ਨ ਨਾਮ 'ਤੇ। ਉਹਦੇ 'ਤੇ ਵੀ ਅਸੀਂ ਹਰ ਸਟੱਡੀ ਵੀਜ਼ਾ ਨੂੰ ਲੈ ਕੇ PR ਨੂੰ ਲੈ ਕੇ ਜਪਾਨ 'ਚ ਪੜ੍ਹ ਕੇ ਸੈਟਲ ਕਿਵੇਂ ਹੋ ਜਾ ਸਕਦਾ, ਸਿੰਗਾਪੁਰ 'ਚ ਕਿਵੇਂ ਬੱਚਾ ਪੜ੍ਹ ਕੇ ਆਸਟ੍ਰੇਲੀਆ ਮਾਈਗ੍ਰੇਟ ਹੋ ਸਕਦਾ, ਜਾਂ ਦੁਬਈ 'ਚ ਪੜ੍ਹ ਕੇ ਕਿਵੇਂ ਅਮੈਰੀਕਾ ਕੈਨੇਡਾ ਪੱਕੇ ਤੌਰ 'ਤੇ PR ਜਾਂ ਉੱਥੇ ਮਾਈਗ੍ਰੇਟ ਹੋਇਆ ਜਾ ਸਕਦਾ, ਜਾਂ ਫਿਰ ਤੁਸੀਂ ਵਿਦਾਊਟ ਆਇਲਟਸ ਕਿਵੇਂ ਯੂਰਪ 'ਚ ਪੜ੍ਹ ਕੇ ਆਪਣੇ ਸਪਾਊਸ ਦੇ ਨਾਲ ਜਾ ਕੇ ਕਿਵੇਂ ਇੱਕ ਚੰਗਾ ਭਵਿੱਖ ਸ਼ੁਰੂ ਕਰ ਸਕਦੇ ਹੋ, ਆਸਟ੍ਰੇਲੀਆ 'ਚ ਸਪਾਊਸ ਨੂੰ ਕਿਵੇਂ ਨਾਲ ਲੈ ਕੇ ਜਾ ਸਕਦੇ ਹੋ, ਜਾਂ ਫਿਰ ਨਿਊਜ਼ੀਲੈਂਡ ਕੇਵਲ ਸਾਡੇ ਬੈਂਡ 'ਤੇ ਕਿਵੇਂ ਆਪਣੇ ਵੀਜ਼ਾ ਦਾ 100% ਹਾਸਲ ਕੀਤੀ ਜਾ ਸਕਦੀ ਹੈ। ਤਮਾਮ ਇਹਨਾਂ ਸਾਰੀਆਂ ਜਾਣਕਾਰੀਆਂ ਲਈ ਮੇਰੇ ਜਲੰਧਰ ਮੋਹਾਲੀ ਤੋਂ ਨਵਾਂਸ਼ਹਿਰ ਦਫ਼ਤਰ ਮਿਲਿਆ ਜਾ ਸਕਦਾ ਹੈ। ਕੋਸ਼ਿਸ਼ ਕਰਦੇ ਲੋਕ ਕਿ ਫੋਨ ਦੇ ਉੱਤੇ ਸਾਰੀ ਜਾਣਕਾਰੀ ਮਿਲ ਜਾਵੇ, ਬਟ ਮਾਫ਼ੀ ਚਾਹੁੰਦਾ ਕਿ ਸ਼ਾਇਦ ਫੋਨ ਦੇ ਉੱਤੇ ਤੁਹਾਨੂੰ ਉਹ 100% ਸੈਟੀਸਫੈਕਸ਼ਨ ਨਾ ਹੁੰਦੀ ਹੋਵੇ। ਇਸ ਕਰਕੇ ਬੈਟਰ ਹੈ ਕਿ ਦਫ਼ਤਰਾਂ 'ਚ ਆ ਕੇ ਮੇਰੇ ਨਾਲ ਮੇਰੇ ਐਕਸਪਰਟ ਕਾਊਂਸਲਰ ਨੂੰ ਮਿਲੋ ਤਾਂ ਕਿ ਤੁਹਾਨੂੰ ਇੱਕ ਭਵਿੱਖ ਸੰਬੰਧਿਤ ਸਹੀ ਜਾਣਕਾਰੀ ਦੇ ਸਕਣ, ਕਿਉਂਕਿ ਫੋਨ ਦੇ ਉੱਤੇ ਕਦੀ ਪੂਰੀ ਜਾਣਕਾਰੀ ਮਿਲ ਸਕਦੀ। ਸੋ ਜਲੰਧਰ ਮੋਹਾਲੀ ਤੋਂ ਨਵਾਂਸ਼ਹਿਰ ਦਫ਼ਤਰਾਂ 'ਚ ਅਲੱਗ ਅਲੱਗ ਦਿਨ ਮੇਰੀ ਅਵੇਲੇਬਿਲਟੀ ਹੁੰਦੀ ਹੈ, ਹੇਠਾਂ ਦਿੱਤੇ ਨੰਬਰ 'ਤੇ ਕਾਲ ਕਰਕੇ ਮੇਰੀ ਅਵੇਲੇਬਿਲਟੀ ਚੈੱਕ ਕਰਕੇ ਮੇਰੇ ਦਫ਼ਤਰਾਂ ਮਿਲਿਆ ਜਾ ਸਕਦਾ, ਤਾਂ ਕਿ ਮੈਂ ਤੁਹਾਨੂੰ ਤੁਹਾਡੇ ਇੱਕ ਸੁਨਹਿਰੀ ਭਵਿੱਖ ਸੰਬੰਧਿਤ ਇੱਕ ਚੰਗਾ ਰਸਤਾ ਦਿਖਾ ਸਕਾਂ। ਜੀ, ਸੋ ਸੁਖਚੈਨ ਸਿੰਘ ਰਾਹੀ ਜੀ ਨੂੰ ਮਿਲ ਸਕਦੇ ਹੋ 11 ਫਰਵਰੀ ਨੂੰ ਜਲੰਧਰ ਦਫ਼ਤਰ ਵੀ 70509 70509 ਨੰਬਰ 'ਤੇ ਕਾਲ ਕਰ ਸਕਦੇ ਹੋ। ਫਿਲਹਾਲ ਜਾ ਚੁਣਿਆ ਰਾਹੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਲਵਪ੍ਰੀਤ ਕੌਰ ਹੈ, ਮੈਂ ਬਠਿੰਡਾ ਤੋਂ ਬਿਲੋਂਗ ਕਰਦੀ ਹਾਂ। ਮੈਂ ਆਪਣੀ ਪਲੱਸ ਟੂ 2016 ਦੇ ਵਿੱਚ ਕੰਪਲੀਟ ਕੀਤੀ, ਦੈਨ ਉਸ ਤੋਂ ਬਾਅਦ ਮੈਂ ਆਪਣਾ ਆਇਲਟਸ ਕੀਤਾ ਐਂਡ ਆਇਲਟਸ ਦੇ ਵਿੱਚ ਮੇਰੇ ਓਵਰਆਲ 6 ਬੈਂਡ ਸੀ। ਦੈਨ ਉਸ ਤੋਂ ਬਾਅਦ ਮੈਂ ਆਰ ਐਸ ਗਲੋਬਲ ਵਿਜ਼ਿਟ ਕੀਤਾ, ਇੱਥੇ ਆ ਕੇ ਇਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਤੂੰ ਆਪਣਾ ਆਇਲਟਸ ਇੰਪਰੂਵ ਕਰ ਐਂਡ ਦੈਨ ਮੈਂ ਆਪਣਾ ਆਇਲਟਸ ਇੰਪਰੂਵ ਕਰਕੇ 6 ਬੈਂਡ ਦਿੱਤੇ। ਦੈਨ ਉਸ ਤੋਂ ਬਾਅਦ ਮੈਂ ਆਪਣੀ ਫਾਈਲ ਦੀ ਪ੍ਰੋਸੈਸ ਸ਼ੁਰੂ ਕਰਵਾਈ, ਜਿਸ ਦੇ ਵਿੱਚ ਮੈਂ ਆਪਣਾ ਵੀਜ਼ਾ ਆਪਣੇ ਆ ਚੁੱਕਾ ਹੈ ਐਂਡ ਮੈਂ ਇਸ ਲਈ ਬਹੁਤ ਖੁਸ਼ ਹਾਂ। ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਪਲੀਜ਼ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰਨ ਐਂਡ ਫਾਈਨਲੀ ਤੁਸੀਂ ਰਿਜ਼ਲਟ ਗੁੱਡੀ ਰਿਸੀਵ ਕਰੋਗੇ। ਥੈਂਕ ਯੂ। ਮੇਰਾ ਨਾਮ ਪਵਨਪ੍ਰੀਤ ਕੌਰ, ਮੈਂ ਕਪੂਰਥਲਾ ਤੋਂ ਬਿਲੋਂਗ ਕਰਦੀ ਹਾਂ। ਮੈਂ ਆਪਣੀ ਸਟੱਡੀ 2017 ਵਿੱਚ ਕੰਪਲੀਟ ਕੀਤੀ ਇਨ BSc ਮੈਡੀਕਲ ਲੈਬ ਸਾਇੰਸ ਐਂਡ ਆਫਟਰ ਦੈਟ ਮੈਂ ਆਇਲਟਸ 6.5 ਸਕੋਰ ਕੀਤੇ। ਉਸ ਤੋਂ ਬਾਅਦ ਮੈਂ ਆਰ ਐਸ ਗਲੋਬਲ ਵਿਜ਼ਿਟ ਕੀਤਾ ਐਂਡ ਇਹਨਾਂ ਨੇ ਮੈਨੂੰ ਕਾਫੀ ਅੱਛਾ ਗਾਈਡ ਕੀਤਾ ਐਂਡ ਵਿਦ ਇਨ 1 ਮੰਥ ਮੇਰਾ ਵੀਜ਼ਾ ਐਮਬੈਸੀ ਤੋਂ ਆ ਗਿਆ ਐਂਡ ਆਈ ਐਮ ਵੈਰੀ ਹੈਪੀ ਐਂਡ ਮੈਂ ਸਾਰਿਆਂ ਨੂੰ ਰਿਕਮੈਂਡ ਕਰਾਂਗੀ ਕਿ ਤੁਸੀਂ ਵੀ ਆਰ ਐਸ ਗਲੋਬਲ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। ਸਤਿ ਸ਼੍ਰੀ ਅਕਾਲ ਫਰੈਂਡਸ, ਮੇਰਾ ਨਾਮ ਸਾਹਿਲ ਦੀ ਹੋਗਾ, ਮੈਂ ਫਿਰੋਜ਼ਪੁਰ ਤੋਂ ਬਿਲੋਂਗ ਕਰਦਾ। ਮੈਂ ਆਪਣੀ ਪਲੱਸ ਟੂ 2018 'ਚ ਪਾਸ ਆਊਟ ਕੀਤੀ ਇਨ ਕਮਰਸ ਸਟ੍ਰੀਮ, 84% ਮਾਰਕਸ ਸੀ ਅਤੇ ਉਸ ਤੋਂ ਬਾਅਦ ਮੈਂ ਅਬਰੋਡ ਸਟੱਡੀ ਕਰਨ ਦਾ ਪਲੈਨ ਕੀਤਾ ਅਤੇ ਮੈਂ ਆਇਲਟਸ 'ਚ ਅਪੀਅਰ ਹੋਇਆ, ਉਹਦੇ 'ਚ ਮੇਰੇ 7.5 ਓਵਰਆਲ ਬੈਂਡ ਸੀ। ਦੈਨ ਮੈਂ TV 'ਤੇ ਆਰ ਐਸ ਗਲੋਬਲ ਇਮੀਗ੍ਰੇਸ਼ਨ ਦੀ ਐਡ ਵੇਖੀ, ਉਸ ਤੋਂ ਬਾਅਦ ਮੈਂ ਇਹਨਾਂ ਦੇ ਜਲੰਧਰ ਔਫਿਸ ਪਰਸਨਲੀ ਵਿਜ਼ਿਟ ਕੀਤਾ ਅਤੇ ਰਾਹੀ ਸਾਹਿਬ ਨੂੰ ਮਿਲਿਆ ਅਤੇ ਇਹਨਾਂ ਨੇ ਮੈਨੂੰ ਆਸਟ੍ਰੇਲੀਆ ਸਟੱਡੀ ਵੀਜ਼ਾ ਗਾਈਡਲਾਈਨਸ ਦਿੱਤੀਆਂ ਅਤੇ ਮੈਂ ਇਹਨਾਂ ਤੋਂ ਆਪਣਾ ਕੇਸ ਅਪਲਾਈ ਕੀਤਾ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਬਹੁਤ ਹੀ ਅੱਛੀ ਤਰੀਕੇ ਨਾਲ ਕੇਸ ਮੇਰਾ ਡੀਲ ਕੀਤਾ ਅਤੇ ਮੈਨੂੰ 13 ਦਿਨਾਂ ਦੇ ਵਿੱਚ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲੈ ਕੇ ਦਿੱਤਾ। ਅਤੇ ਮੈਂ ਸਾਰਿਆਂ ਨੂੰ ਇਹੀ ਸੁਜੈਸਟ ਕਰਨਾ, ਜੇ ਕਿਸੇ ਨੇ ਕੋਈ ਗਾਈਡਲਾਈਨਸ ਲੈਣੀ ਹੈ, ਕਿਸੇ ਨੇ ਅਬਰੋਡ ਸਟੱਡੀ ਲਈ ਵੀਜ਼ਾ ਅਪਲਾਈ ਕਰਨਾ ਅਤੇ ਆਰਐਸ ਗਲੋਬਲ ਇਮੀਗ੍ਰੇਸ਼ਨ ਜ਼ਰੂਰ ਵਿਜ਼ਿਟ ਕਰੋ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਨਸ਼ੀਤ ਹੈ ਅਤੇ ਮੈਂ ਫਿਰੋਜ਼ਪੁਰ ਤੋਂ ਬਿਲੋਂਗ ਕਰਦਾ। ਮੈਂ ਆਪਣੀ ਪਲੱਸ ਟੂ 2018 'ਚ ਪਾਸ ਆਊਟ ਕੀਤੀ 70% ਮਾਰਕਸ ਦੇ ਨਾਲ। ਉਸ ਤੋਂ ਬਾਅਦ ਮੈਂ ਆਇਲਟਸ ਓਵਰਆਲ 6 ਬੈਂਡ ਲਏ ਅਤੇ ਮੈਂ ਜਲੰਧਰ ਔਫਿਸ ਵਿਜ਼ਿਟ ਕੀਤਾ, ਰਾਹੀ ਸਰ ਨਾਲ ਪਰਸਨਲੀ ਮੀਟ ਕੀਤਾ ਅਤੇ ਉਹਨਾਂ ਨੇ ਮੈਨੂੰ ਆਸਟ੍ਰੇਲੀਆ ਦੀ ਬਹੁਤ ਵਧੀਆ ਸਲਾਹ ਦਿੱਤੀ ਅਤੇ ਮੇਰਾ ਵੀਜ਼ਾ 12 ਡੇਜ਼ 'ਚ ਇਹਨਾਂ ਨੇ ਲਿਆ ਕੇ ਦਿੱਤਾ। ਅਤੇ ਮੈਂ ਸਾਰਿਆਂ ਨੂੰ ਸੁਜੈਸਟ ਕਰਦਾ ਕਿ ਤੁਸੀਂ ਵੀ ਆਪਣਾ ਕੇਸ ਇੱਥੇ ਅਪਲਾਈ ਕਰੋ ਅਤੇ ਇਹਨਾਂ ਦੀ ਡੀਲਿੰਗ ਬਹੁਤ ਵਧੀਆ ਹੈ।